ਗਰੀਬਾਂ ਵਾਸਤੇ ਨਾਲ ਆਏ, ਉਸ ਨੇ ਗਰੀਬਾਂ ਨੂੰ ਢੋਲ ਵਜਾ ਦਿੱਤਾ ਕਿ ਬਈ ਯਾ ਇਲੀ ਖਾਣਾ, ਅਤੇ ਅਸਾਂ ਆਪਣਾ ਜੈ ਬਜਰੰਗ ਬਲੀ ਆਪਣਾ ਨਾਰਾ ਮਾਰਿਆ। ਅੱਛਾ, ਉਸ ਨੇ ਯਾਨੀ ਸਾਡੇ ਕੋਲ ਮਸ਼ੀਨ ਆਈ ਛੋਡੇ ਵਾਲੀ, ਠੀਕ ਹੈ, ਬੋਤਲਾਂ ਵਾਲੀ, ਤੇ ਉਹ ਬੋਤਲ ਜਾਨੀ ਗੋਲੀ ਵਾਲੀ ਆਉਂਦੀ ਹੈ, ਕੰਚੇ ਵਾਲੀ, ਉਹ ਗੋਲੀ ਛੱਟੀ ਬਣਾ ਤੇ ਉਹਦੇ ਛਰੇ ਇਤਨੇ ਉੱਡਦੇ ਆਣ ਕੇ ਬੰਬ ਦਾ ਜਿਹਨ ਬੰਬ, ਯਾਨੀ ਉਹਦੇ ਇਤਨੀ ਤਾਕਤ ਆਈ, ਸੋਡਾ ਹੁੰਦਾ, ਸੋਡਾ ਹੁੰਦਾ ਨਾ, ਖਾਲੀ 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 ਭਰ ਲਈਆਂ, ਮਤਲਬ ਪਾਣੀ ਭਰ ਲਈਆਂ ਜਲੋ, ਅਤੇ ਜਨਾਨੀਆਂ ਨੂੰ ਅਸਾਂ ਇਕੱਠਾ ਕਰ ਦਿੱਤਾ ਆਪਣਾ ਉੱਥੇ ਕਿ ਬਈ ਤੁਸੀਂ ਬਹਿ ਜਾਓ, ਅਗਰ ਜਿੰਦੇ ਰਹਿ ਸਕੇ ਤਾਂ ਕੱਲ੍ਹ ਨਹੀਂ ਤਾਂ ਅੱਗ ਲਾ ਦੇਵਾਂਗੇ। ਉਹ ਜਨਾਨੀ ਉੱਥੇ ਪਹਿਰਿਆ ਬਈ ਇੱਟਾਂ ਮਾਰੀ ਜਾਵੇ, ਗੋਲੀ ਨੇ ਇਸੇ ਤਰੀਕੇ ਢੰਗ ਨਾਲ ਚਲਾਈ ਕਿ ਹਿੰਦੂ ਹੇਕ ਹੀ ਨਾ ਮੋਇਆ, ਅਤੇ ਉਸ ਲੋਕ ਜਨਾਨੀ ਲੇਟ ਜਾਓ, ਲੇਟ ਜਾਓ ਜੀ, ਉਹ ਲੇਟ ਗਈਆਂ ਸਾਰੇ ਗੋਲੀ, ਜਿਹੜੇ ਇੱਕ ਬੰਦਾ ਨਹੀਂ ਮੋਇਆ, ਜਾਣੀ ਦੋ ਢਾਈ ਸੌ ਜਖਮੀ ਹੋ ਗਿਆ ਅਤੇ 80 ਬੰਦਾ ਮਰ ਗਿਆ। ਅੱਛਾ ਜੀ, ਰਾਮ ਰਾਮ ਜੀ, ਸਤਿ ਸ਼੍ਰੀ ਅਕਾਲ, ਨਮਸਤੇ, ਸਲਾਮ ਅਲੈਕੁਮ, ਮੈਂ ਹਾਂ ਤੁਹਾਡਾ ਕੇਸ਼ਵ ਮੁਲਤਾਨੀ, ਅਤੇ ਅੱਜ ਮੈਂ ਬੈਠਾ ਆਪਣੇ ਹੀ ਸ਼ਹਿਰ, ਆਪਣੀ ਮਿੱਟੀ ਹਾਂਸੀ 'ਚ, ਅਤੇ ਹਾਂਸੀ 'ਚ ਕਮਾਲ ਦੇ ਸ਼ਖਸੀਅਤ ਖਾਣੇ ਵਾਲੇ ਸ਼ਹਿਰ ਦੇ, ਤੁਹਾਨੂੰ ਤੁਸੀਂ ਜਾਣਦੇ ਹੀ ਹੋ, ਬਹੁਤ ਸਾਰੇ ਲੋਕਾਂ ਨੂੰ ਮਿਲਵਾ ਚੁੱਕਾ, ਲੇਕਿਨ ਅੱਜ ਮੈਂ ਲੈ ਕੇ ਆਇਆ ਇੱਕ ਹੀਰਾ, ਬੇਸ਼ਕੀਮਤੀ ਹੀਰਾ, ਮਤਲਬ ਕਹਿੰਦੇ ਦੁਨੀਆ 'ਚ ਇੱਕ ਡਾਇਮੰਡ ਹੀ ਹੈ, ਹੈ ਨਾ, ਕੋਹਿਨੂਰ ਹੈ, ਲੇਕਿਨ ਸਾਡੇ ਸ਼ਹਿਰ 'ਚ ਇੱਕ ਹੋਰ ਬੇਸ਼ਕੀਮਤੀ ਹੀਰਾ ਹੈ, ਜਿਸ ਦੇ ਹੱਥ 'ਚ ਇੱਕ ਫਨ ਹੈ, ਕਲਾਕਾਰੀ ਦਾ, ਕਲਮ ਦਾ, ਉਹ ਸਾਡੇ ਨਾਲ ਬੈਠੇ ਹਰਬੰਸ ਜੀ, ਖਾਨੇਵਾਲ ਦੀ ਪੈਦਾਇਸ਼, ਉੱਥੋਂ ਦੇ ਜੰਮੇ ਹੋਏ ਬਾਲ, ਅਤੇ ਇਹਨਾਂ ਦੇ ਹੀ ਹੈ ਸ਼ਾਗਿਰਦ ਹਨ ਪਏ ਪਾਲ ਸਾਹਿਬ, ਇਹਨਾਂ ਦੇ ਫਾਦਰ ਸਾਹਿਬ ਦਾ ਤੁਸੀਂ ਆਲਰੇਡੀ ਵੀਡੀਓ ਵੇਖ ਚੁੱਕੇ ਹੋ, ਜਿਹੜੇ ਮੁਲਤਾਨ ਕੁੱਕੜਹੱਟਾ ਤੋਂ ਹਨ ਪਏ, ਅਤੇ ਇਹਨਾਂ ਨੂੰ ਅੱਜ ਵੀ ਆਪਣਾ ਖਾਨੇਵਾਲ ਯਾਦ ਆਉਂਦਾ, ਅਤੇ ਉਸ ਦਾ ਸਬੂਤ ਇਹਨਾਂ ਨੇ ਲਿਖ ਕੇ ਦਿੱਤਾ। ਬਾਕੀ ਗੱਲਾਂ ਇਹਨਾਂ ਦੇ ਮੂੰਹ ਤੋਂ, ਇਹਨਾਂ ਦੇ ਨਾਲ ਮੈਂ ਚੱਲਣਾ ਕੈਮਰੇ ਦੇ ਪਿੱਛੋਂ। ਹਰਬੰਸ ਜੀ, ਰਾਮ ਰਾਮ। ਰਾਮ ਰਾਮ ਜੀ, ਰਾਮ ਰਾਮ। ਤੁਹਾਨੂੰ ਵੇਖਣ ਵਾਲੇ ਇਸ ਟਾਈਮ ਦੁਨੀਆ 'ਚ ਕਈ ਦੇਸ਼ਾਂ 'ਚ ਬੈਠੇ ਨੇ, ਅਤੇ ਲੇਕਿਨ ਖਾਣੇ ਵਾਲੇ ਬੰਦੇ ਤੁਹਾਨੂੰ ਵੇਖ ਕੇ ਬੜੇ ਹੀ ਖੁਸ਼ ਹੋ ਸਨ, ਬਈ ਉੱਥੋਂ ਦਾ ਇੱਕ ਬਾਲ ਜਿਹੜੇ ਨਿਕਲਾ ਆਈ ਅੱਜ ਇੱਥੇ ਬੈਠਾ ਹੈ 80-85 ਸਾਲ ਦਾ, ਅਤੇ ਹੁਣ ਇਹ ਦੱਸੋ ਪਹਿਲੇ ਤਾਂ ਤੁਹਾਡਾ ਗਾਮ ਕਿਹੜਾ ਆਈ ਉੱਥੇ? ਭਟਿਆਲਾ ਖੂਹ। ਭਟਿਆਲਾ? ਅੱਛਾ, ਇਹ ਕਿੱਥੇ ਪੈਂਦਾ ਆਈ? ਉਹ 12 ਮੀਲ ਠੋਕਰ ਦੇ ਨਾਲ। ਠੀਕ ਹੈ, ਅਤੇ ਖਾਨੇਵਾਲ ਤੋਂ ਕਿੰਨਾ ਦੂਰ ਆਈ? ਉਹ ਕਮੀਰਾਲ ਨਾਲ ਆਉਂਦੇ, ਕਮੀਰਾਲ ਤੋਂ ਖਾਨੇਵਾਲ ਆਉਣਾ ਪੈਂਦਾ ਹੈ। ਅੱਛਾ, ਅਤੇ ਜਿਹੜੇ ਤੁਹਾਡੇ ਭਟਿਆਲਾ ਖੂਹ ਆਈ, ਹਾਂਜੀ, ਆਸੇ ਪਾਸੇ ਹੋਰ ਕਿਹੜੇ ਕਿਹੜੇ ਗਾਮ ਛੋਟੇ ਮੋਟੇ ਹਨ ਭਾਈ, ਕੋਈ ਦੱਸੋ ਅਗਰ ਯਾਦ ਹੋਵੇ ਤਾਂ? ਮੋਰੀਪੁਰ ਆਈ, ਹੋਰ ਆਪਣਾ ਬਿੰਦੀ ਆਈ, ਔਰ ਰਾਏਪੁਰ ਆਈ, ਸਕੂਲ ਰਾਏਪੁਰ ਪੜ੍ਹਦੇ ਆ ਸੇ। ਅੱਛਾ, ਬਲਕਿ ਮੈਂ ਪੁੱਛਣਾ ਚਾਹੁੰਦਾ ਵੀ ਕਿ ਉਹ ਕਿਹੜਾ ਸਕੂਲ ਆਈ ਜਿੱਥੇ ਤੁਸੀਂ ਪਹਿਲੀ ਵਾਰੀ ਕਲਮ ਪਕੜੀ ਆਈ? ਰਾਏਪੁਰ ਚ। ਰਾਏਪੁਰ? ਹਾਂਜੀ। ਅੱਛਾ, ਇਹ ਕੋਈ ਨਹਿਰ ਦੇ ਕਿਨਾਰੇ ਪਾਉਂਦੇ, ਦੂਰ ਪਹੁੰਚ ਜਾਂਦੇ। ਅਤੇ ਉਸ ਤੋਂ ਪਹਿਲੇ ਵਿੱਚੂ ਦਾ ਇੱਕ ਸਵਾਲ ਕਿ 47 ਤੁਹਾਡੀ ਉਮਰ ਕਿੰਨੀ ਆਈ? ਮੇਰੇ 33 ਜਨਮ ਹੈ। 33 ਦਾ ਜਨਮ ਹੋਇਆ ਤੁਹਾਡਾ, ਤੁਸਾਂ ਮਾਸ਼ਾਅੱਲਾ 14 33 ਬੱਚੇ ਦੇ ਬਸ 14 ਸਾਲ ਦੇ ਆਵੇ ਬਸ 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 ਸਹੀ ਹੈ, 14 ਸਾਲ ਦਾ ਬਾਲ, ਮਤਲਬ ਸਭ ਕੁਝ ਉਸਨੂੰ ਅੱਜ ਵੀ ਯਾਦ ਹੋਣਾ ਚਾਹੀਦਾ ਹੈ। ਜੋ ਵੀ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ 'ਚ ਬੁਥਾਈ ਪੜ੍ਹਿਆ ਵੇ? ਨਹੀਂ, ਹੋਰ ਪੰਜਵੀਂ ਕਲਾਸ ਖਾਣੇ ਵਾਲ ਕੀਤੀ ਆਈ। ਅੱਛਾ, ਪੰਜਵੀਂ ਕਲਾਸ ਖਾਣੇ ਵਾਲ ਕੀਤੀ ਆਈ, ਖਾਣੇ ਵਾਲ ਆਪਣਾ ਖਾਲਸਾ ਸਕੂਲ ਵਿੱਚ। ਅੱਛਾ, ਲੇਕਿਨ ਜਿਹੜਾ ਪਹਿਲਾ ਸਕੂਲ ਹਾਈ ਉਹ ਰਾਏਪੁਰ ਵਾਲਾ? ਰਾਏਪੁਰ। ਅੱਛਾ, ਅਤੇ ਲਾਲਾ ਜੀ ਆਪਣੇ ਕਿਆ ਕਰਦੇ ਹਨ? ਲਾਲਾ ਜੀ ਮੇਰੇ ਹਨ ਡੇਹਾਂ ਦੇ ਮੁਨਸ਼ੀ, ਫਰੀਦ ਖਾਨ ਦੇ ਮੁਨਸ਼ੀ ਸਨ। ਫਰੀਦ ਖਾਨ ਮੁਨਸ਼ੀ ਆਈ। ਇਹ ਫਰੀਦ ਖਾਨ ਕੌਣ ਆਈ? ਫਰੀਦ ਖਾਨ ਆਈ ਆਪਣਾ ਪੁਰਾਣੇ ਖਾਣੇ ਵਾਲ ਦਾ ਰਈਸ ਆਈ। ਅੱਛਾ, ਰਈਸ ਆਈ, ਹਾਂ, ਅਤੇ ਉਹਨਾਂ ਦੇ ਮੁਨਸ਼ੀ ਹਨ। ਅੱਛਾ, ਵਾਹ, ਮਤਲਬ ਉਹਦਾ ਹਿਸਾਬ ਕਿਤਾਬ ਸਮਝ ਲੈਂਦੇ ਹਾਂ ਜੀ। ਹਾਂ, ਅਗਰ ਉਹ ਉਹਨਾਂ ਦੇ ਗੰਭੀਰ ਹਨ, ਮੁਨਸ਼ੀ ਹਨ, ਯਾਨੀ ਉਹਨਾਂ ਦੀ ਬੜੀ ਉਸ ਖਾਣੇ ਵਾਲ ਦੇ ਵਿੱਚ ਰਸੂਖ ਆਈ, ਤਕੜਾ ਤਕੜਾ ਰਸੂਖ ਆਈ, ਅਤੇ ਮੈਂ ਇਸ ਸਾਲ ਦੀ ਉਮਰ ਆਈ ਗੁਜ਼ਰ ਗਿਆ ਨਾ। ਅੱਛਾ, ਅਤੇ ਉਹ ਜਿਹੜਾ ਫਰੀਦ ਖਾਨ ਹਾਈ ਜੀ, ਹਾਂ, ਉਹ ਮਤਲਬ
ਜ਼ਮੀਨ ਨੂੰ ਜਾਇਦਾਦ ਰੱਖਿੰਦਾ ਆਈ ਅਤੇ ਕਿਆ ਉਸਦੇ ਕੋਲ ਕਿਆ ਆਈ? ਉਹ ਜ਼ਮੀਨ ਸਾਰੇ ਮੁਸਲਮਾਨ ਹਨ ਨਾ, ਉਹ ਉਹਨਾਂ ਦੇ ਰਾਖ ਹਨ। ਅੱਛਾ, ਠੀਕ ਠੀਕ ਠੀਕ। ਅਤੇ ਤੁਸੀਂ ਕਦੀ ਫਰੀਦ ਖਾਨ ਨੂੰ ਵੇਖਿਆ ਹੋਇਆ? ਹਾਂਜੀ। ਅੱਛਾ, ਕਦੀ ਗਏ ਕੋ ਨਾ ਆਵੇ ਲਾਲਾ ਜੀ ਨਾਲ? ਨਾ, ਹੋਰ ਮੈਂ ਇੱਕ ਸਾਲ ਦਾ ਉਮਰ ਆਇਆ, ਇੱਕ ਸਾਲ ਦੀ ਮੇਰੀ ਆਈ, ਫਿਰ ਮੈਨੂੰ ਚਾਚੇ ਪਾ ਲਿਆ ਬਸ ਉੱਥੇ। ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ, ਅਗਰ ਯਾਦ ਕਰੋ ਪਹਿਲੀ ਕਲਾਸ ਤੋਂ ਚੌਥੀ ਵਾਲਾ ਤਾਂ ਛੋੜ ਦਿਓ, ਤੁਸੀਂ ਆ ਗਏ ਖਾਲਸੇ ਸਕੂਲ। ਜੀ ਆ, ਖਾਲਸੇ ਸਕੂਲ ਵਿੱਚ ਜਿਹੜਾ ਤੁਹਾਡਾ ਪੰਜਵੀਂ ਕਲਾਸ ਦਾ ਮਾਸਟਰ ਆਈ, ਉਹਦਾ ਨਾਮ ਕਿਆ ਹੁੰਦਾ? ਅਮਰੀਕ ਸਿੰਘ। ਅਮਰੀਕ ਸਿੰਘ, ਅਤੇ ਜਿਹੜਾ ਤੁਹਾਡਾ ਕੋਈ ਖਾਸ ਤੁਹਾਡਾ ਦੋਸਤ ਸਹਿਪਾਠੀ ਕਲਾਸਮੇਟ? ਕਲਾਸ ਬੱਚੇ ਸਨ, ਇੱਕ ਪੂਰਨ ਆਈ, ਹੋਰ ਨਾ ਤਾਂ ਯਾਦ, ਕੋਈ ਨਹੀਂ, ਇੱਕ ਅੱਧਾ ਮੈਨੂੰ ਉਹ ਨਾਮ ਦੱਸੋ। ਪੂਰਨ ਆਈ, ਬਸ ਪੂਰਨ ਆਈ। ਅੱਛਾ, ਪੂਰਨ ਦਾ ਆ ਗਿਆ ਉਸੀ ਇੱਥੇ। ਕੋਈ ਉਹ ਬੰਦਾ ਯਾਦ ਹੈ ਜਿਹੜਾ ਉਥਾਂ ਹੀ ਰਹਿ ਗਿਆ ਹੋਵੇ, ਮੁਸਲਮਾਨ ਕੋਈ ਦੋਸਤ ਹੋਵੇ ਤੁਹਾਡਾ ਉਸ ਟਾਈਮ ਦਾ, ਜਿਹੜਾ ਕਦੀ ਤੁਹਾਡੇ ਅੱਗੋਂ ਪਿੱਛੋਂ ਬੰਦਾ ਹੋਵੇ? ਕੋਈ ਦੋਸਤ, ਕੋਈ ਯਾਦ ਕੋ ਨਹੀਂ। ਅੱਛਾ, ਕੋਈ ਪੜੋਸੀ ਜਿੱਥੇ ਤੁਸੀਂ ਰਹਿੰਦੇ ਆਵੇ? ਜੀ ਹਾਂ, ਤੁਸੀਂ ਰਹਿੰਦੇ ਆਵੇ ਦਾ ਬਲਾਕ ਵਿੱਚ। ਦਾ ਬਲਾਕ ਵਿੱਚ? ਅੱਛਾ, ਦਾ ਬਲਾਕ ਜਿਹੜਾ ਖਾਨੇਵਾਲ ਦਾ ਬਲਾਕ, ਖਾਨੇਵਾਲ ਦਾ ਬਲਾਕ, ਠੀਕ ਹੈ। ਅਤੇ ਹੁਣ ਇਸ ਖਾਨੇਵਾਲ ਦਾ ਬਲਾਕ ਦੇ ਆਸੇ ਪਾਸੇ ਜਿਹੜੇ ਪੜੋਸੀ ਹਨ, ਉਹਨਾਂ ਵਿੱਚ ਕੋਈ ਮੁਸਲਮਾਨ ਕੋਈ ਨਾ ਆਈ? ਨਹੀਂ। ਅੱਛਾ, ਠੀਕ। ਉਹ ਮੁਸਲਮਾਨ ਪਹੁੰਚਣ ਦੂਰ ਆਪਣਾ ਗਰੀਬਾਬਾਦ। ਗਰੀਬਾਬਾਦ? ਅੱਛਾ, ਅਤੇ ਇਹ ਗਰੀਬਾਬਾਦ ਕਿੱਥੇ ਪਾਉਂਦਾ? ਖਾਨੇਵਾਲ ਤੋਂ ਕਬੀਰ ਵਾਲੇ ਦੇ ਵਿੱਚ? ਨਹੀਂ ਨਹੀਂ, ਗਰੀਬਾਬਾਦ ਖਾਨੇਵਾਲ ਦਾ ਬਲਾਕ ਅਤੇ ਗਰੀਬਾਂ ਮਹੱਲਾ ਹੈ। ਅੱਛਾ, ਉੱਥੇ ਮੁਸਲਮਾਨ ਰਹਿੰਦੇ ਹਨ ਉੱਥੇ। ਅੱਛਾ, ਤੁਹਾਡਾ ਉਸ 14 ਸਾਲ ਦੀ ਉਮਰ ਦੇ ਵਿੱਚ ਤੁਹਾਡਾ ਕਿਸੇ ਮੁਸਲਮਾਨ ਨਾਲ ਕੋਈ ਯਾਰੀ ਦੋਸਤੀ ਵਾਸਤਾ ਕੋਈ ਨਹੀਂ ਹੋਇਆ? ਨਾ, ਮੈਨੂੰ ਯਾਦ ਕੋਈ ਨਹੀਂ। ਯਾਦ ਕੋਈ ਨਹੀਂ, ਕੋਈ ਗੱਲ ਨਹੀਂ। ਬਸ ਇਹ ਪੁੱਛਣ ਦਾ ਮਕਸਦ ਇਹੀ ਹੁੰਦਾ ਕਿ ਅਗਰ ਤੁਹਾਡੀ ਜਮਾਤੀ ਉੱਥੇ ਕੋਈ ਹੋਵੇ ਤਾਂ ਸਾਨੂੰ ਅਗਰ ਮਿਲ ਸਕਦਾ ਜੀ। ਚਲੋ, ਇਹ ਤਾਂ ਠੀਕ ਹੈ। ਦਾ ਮਰਲੇ ਮਕਾਨ ਆਈ, ਵਾਹ, ਅਤੇ ਨਾਲ ਸਾਰੇ ਪੜੋਸ ਪਾਉਂਦਾ ਆਈ, ਬੱਠਿਆਲਾ, ਏਲਾਵਾਦੀ ਨਹੀਂ, ਹਾਂ ਪ੍ਰਵੀਨ ਏਲਾਵਾਦੀ, ਦਾਦਾ ਉੱਥੇ ਹੀ ਜਾਂਦੇ ਹਨ। ਅੱਛਾ, ਤੁਸੀਂ ਉਹਨਾਂ ਦੇ ਪੜੋਸੀ ਆ? ਉਹਦੇ ਪੜੋਸੀ ਆ, ਉਹ ਦਾ ਬੁਲਾ ਕੇ ਜਾਣ। ਠੀਕ ਹੈ, ਹਾਂ। ਹੋਰ ਕਾ ਪੁੱਛੋ, ਹੋਰ ਗੱਲ ਪੁੱਛੋ। ਅੱਛਾ, ਅਤੇ ਉਹ ਤੁਹਾਡੇ ਪੜੋਸੀ ਹਨ, ਅਤੇ ਹੋਰ ਹੋਰ ਵੀ ਕੋਈ ਹਾਈ ਉੱਥੇ ਆਸੇ ਪਾਸੇ ਦਾ ਬੰਦਾ ਪੜੋਸੀ ਯਾਦ ਹੋਵੇ? ਹੋਰ ਇੱਕ ਦੀਵਾਨ ਚੰਦ ਖੱਟਰ ਬੈਠਾ ਹੈ। ਅੱਛਾ, ਯਾਨੀ ਬੈਠਾ ਹੁਣ ਮੈਨੀ ਦਿਨ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਅਤੇ ਖਾਨੇ ਵਾਲਾ ਕੇ ਤੁਸੀਂ ਕਿੰਨੀ ਪੜ੍ਹਾਈ ਕੀਤੀ? ਖਾਨੇ ਵਾਲ ਮੈਂ ਇਹਨੇ ਛੇਵੀਂ ਪਾਸ ਕੀਤੀ। ਛੇਵੀਂ ਪਾਸ ਕੀਤੀ, ਛੇਵੀਂ ਪਾਸ ਕੀਤੀ ਅਤੇ ਦੰਗੇ ਫਸਾਦ ਸ਼ੁਰੂ ਹੋ ਗਏ? ਜੀ ਆ। ਅੱਛਾ ਅੱਛਾ, ਮੈਂ ਦੇਖੋ ਮੁਨੀਮ ਦਾ ਕੰਮ ਸਿੱਖਦਾ ਰਿਹਾ। ਅੱਛਾ, ਕਿਉਂਕਿ ਮੇਰੇ ਪਿਤਾ ਜੀ ਹਨ ਕੋਈ ਨਹੀਂ ਸੀ ਜੀ ਗੱਲ, ਅਤੇ ਮੈਂ ਜਤੀ ਹਾਂ ਮਾਮਾ ਜੀ। ਚਾਚੇ ਨੇ ਤੁਸੀਂ? ਹਾਂ, ਚਾਚੇ ਕਰਾਇਆ, ਅਤੇ ਉਸ ਮਕਾਨ ਜਿਹੜਾ ਹਾਈ ਦਾ ਵਾਲਾ ਹਾਈ, ਅਤੇ ਉਹਨਾਂ ਆ ਕੇ ਮਕਾਨ ਚਾਚੇ ਦੇ ਨਾਂ ਕਰਵਾ ਲਿਆ, ਅਤੇ ਮੇਰੀ ਦਾਦੀ ਆਈ, ਉਹ ਆ ਕੇ ਲੈ ਮੰਜੀ ਮੰਜੀ ਮਗਾ ਕੇ, ਵੀ ਮੈਂ ਮੇਰੇ ਇਹ ਪੋਤ ਰਹੇ ਇਹਦੇ ਨਾਂ ਕਰਵਾਓ, ਅੱਧਾ ਮੇਰਾ ਮਕਾਨ ਫਿਰ ਨਾਂ ਮੇਰੇ ਹੋ ਜਾ। ਠੀਕ ਹੈ, ਉਹ ਖਾਨੇ ਵਾਲਾ ਲਾ? ਖਾਨੇ ਵਾਲਾ। ਅੱਛਾ, ਅੱਧਾ ਮਕਾਨ ਮੇਰੇ ਨਾਂ ਆ, ਕਿਉਂਕਿ ਉਹ ਗਾਣੇ ਗੁਣੇ ਉਹਨੇ ਚਾਹ ਕੇ ਦਿੱਤੇ ਜਿਹੜੇ ਆਏ, ਅਤੇ ਉਹਨਾਂ ਆ ਕੇ ਮਕਾਨ ਮਾਂ ਦਾ ਆਖਿਆ ਮੰਨਣਾ ਪਾਉਂਦਾ, ਬਿਲਕੁਲ, ਉਸ ਨੇ ਮਤਲਬ ਅੱਧਾ ਮਕਾਨ ਮੇਰੇ ਨਾਲ ਕਰਵਾ ਦਿੱਤਾ। ਠੀਕ ਹੈ, ਫਿਰ ਹੋਰ ਕਹਾਣੀ? ਹਾਂ, ਹੋਰ ਕਹਾਣੀ ਆਈ ਹੋ ਫਿਰ, ਕਿਵੇਂ ਤੁਸੀਂ ਉੱਥੋਂ? ਹਾਂ, ਕਿਆ ਹੋਇਆ ਕਿ ਕਿਉਂ ਨਿਕਲੇ, ਕਿਸੇ ਨੇ ਆਖਿਆ ਤੁਹਾਨੂੰ? ਦੇਖੋ ਜੀ, ਉੱਥੇ ਲੜਾਈ ਝਗੜਾ ਪੈ ਗਿਆ ਹੈ। ਅੱਛਾ, ਜਿੱਥੇ ਤੁਸੀਂ ਰਹਿੰਦੇ ਪਏ ਦਾ ਬੁਲਾ ਕੇ? ਦਸ ਬੁਲਾ ਕੇ, ਅਤੇ ਗਰੀਬਾਂ ਮਾਂ ਉੱਥੇ ਨਾਲ ਆਈ, ਉਸ ਨੇ ਗਰੀਬਾਂ ਨੂੰ ਡੋਲ ਵਜਾ ਦਿੱਤਾ ਕਿ ਬਈ ਯਾ ਇਲੀ, ਅਤੇ ਅਸਾਂ ਆਪਣਾ ਜੈ ਬਜਰੰਗ ਬਲੀ ਆਪਣਾ ਅਸੀਂ ਨਾਰਾ ਮਾਰਿਆ, ਨਾਰਾ ਪਾਤਾ। ਅੱਛਾ, ਉਸ ਨੇ ਯਾਨੀ ਸਾਡੇ ਕੋਲ ਮਸ਼ੀਨ ਆਈ ਛੋਡੇ ਵਾਲੀ, ਠੀਕ ਹੈ, ਬੋਤਲਾਂ ਵਾਲੀ, ਅਤੇ ਉਹ ਬੋਤਲ ਯਾਨੀ ਗੋਲੀ ਵਾਲੀ ਹੁੰਦੀ, ਕੰਚੇ ਵਾਲੀ, ਕੰਚੇ ਵਾਲੀ, ਉਹ ਗੋਲੀ ਛੱਟੀ ਬਣਾ, ਅਤੇ ਉਹਦੇ ਛਰੇ ਇਤਨੇ ਉੱਡਦੇ ਹਨ ਕਿ ਬੰਬ ਦਾ ਯਾਨੀ ਬੰਬ, ਅੱਛਾ, ਯਾਨੀ ਉਹਦੇ ਇਤਨੀ ਤਾਕਤ ਆਈ, ਸੋਡਾ ਹੁੰਦਾ, ਸੋਡਾ ਹੁੰਦਾ ਨਾ, ਖਾਲੀ, ਅੱਛਾ, ਖਾਲੀ ਨੂੰ, ਖਾਲੀ ਭਰ ਲਈਆਂ, ਮਤਲਬ ਪਾਣੀ ਭਰ ਲਈਆਂ, ਜੇ ਲੋੜ, ਅਤੇ ਜਨਾਨੀਆਂ ਨੂੰ ਅਸਾਂ ਇਕੱਠਾ ਕਰ ਦਿੱਤਾ ਆਪਣਾ ਉੱਥੇ ਕਿ ਬਈ ਤੁਸੀਂ ਬਹਿ ਜਾਓ, ਅਗਰ ਜਿੰਦੇ ਰਹਿ ਸਕੇ ਤਾਂ ਕੱਲ੍ਹ ਨਹੀਂ ਅੱਗ ਲਾ ਦੇਵਾਂਗੇ, ਉਹ ਜਨਾਨੀ ਉੱਥੇ ਪੈ ਜਾਣ, ਬਈ ਇੱਟਾਂ ਮਾਰੀ ਜਾਵੇ, ਬੰਦੇ ਆਵੇ ਤਾਂ ਇੱਟਾਂ ਮਾਰੀ ਜਾਵੇ, ਤੁਸੀਂ ਉਸ ਟਾਈਮ 14 ਸਾਲ ਦੇ ਬਾਹਰ ਆਵੇ, ਹਾਂ, ਠੀਕ ਹੈ, ਬਸ
ਉਸ ਵੇਲੇ ਮਜ਼ਦੂਰੀ ਕਰਨ ਸਿੱਧੀ ਗੱਲ ਹੈ ਜੀ, ਆਪਣਾ ਸਕੂਲ ਵੰਦਿਆ ਸੀ ਅਤੇ ਉਸ ਤੋਂ ਬਾਅਦ ਐਸ ਡੀ ਸਕੂਲ ਪੜ੍ਹਿਆ। ਹਾਂ ਨਹੀਂ ਉੱਥੇ ਜਿਹੜੇ ਤੁਹਾਨੂੰ ਆਖਾਂ ਬਈ ਇੱਟਾਂ ਮਾਰੀ ਜਾ, ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਉਹ ਡਰਨ ਕਿ ਬਈ ਇਹਦੇ ਆਇਆ ਫਰੀਦ ਖਾਨ। ਅੱਛਾ, ਉਹ ਪੁਰਾਣੇ ਖਾਨ ਤੁਹਾਡਾ ਜਿੱਥੇ ਤੁਸੀਂ ਤੁਹਾਡੇ ਬਾਬੂ ਜੀ ਮੁਨਸ਼ੀ ਹਨ। ਹਾਂ ਠੀਕ ਹੈ, ਉਹ ਆਇਆ ਅਤੇ ਉਹ ਸਾਨੂੰ ਆ ਕੇ ਮਿਲੇ। ਉਸ ਆ ਕੇ ਬੜਾ ਮਾਸਾ ਹਿੰਦੁਸਤਾਨ ਪਾਕਿਸਤਾਨ ਬਣ ਗਿਆ ਅਤੇ ਤੁਸੀਂ ਇਹ ਨਾ ਕਰੋ ਔਰ ਤੁਸੀਂ ਅਸਾਂ ਅਸਾਂ ਕੀ ਕਰੀਏ, ਅਸਾਂ ਦਾ ਆਪਣਾ ਬਚਾ ਕਰਨ ਦੇ ਪਏ। ਅਤੇ ਉਹ ਆ ਕੇ ਉਹਨੇ ਗਿਆ ਆਪਣਾ ਮੁਸਲਮਾਨ ਕੋਲ। ਠੀਕ ਹੈ, ਅਤੇ ਉਹ ਮੁਸਲਮਾਨ ਨੂੰ ਆਖਿਆ ਗੱਲ ਇੰਝ, ਉਹਨਾਂ ਕੋਲ ਬੰਬ ਹਨ, ਤੁਸੀਂ ਮਾਰੇ ਜਾ ਸੋ ਅਤੇ ਉਹਨਾਂ ਨੂੰ ਡਰਾਇਆ ਜਾ ਕੇ। ਹਾਂ ਅੱਛਾ, ਠੀਕ ਹੈ ਜੀ। ਫਿਰ ਅਸਾਂ ਆਪੇ ਜਿਹੜੇ ਮਕਾਨ ਆਏ ਨਾ, ਸਾਨੂੰ ਆਖਿਆ ਮੇਰੀ ਬੰਦੂਕ ਲਓ, ਗੋਲੀ ਚਲਾ ਦਿਓ। ਅੱਛਾ ਜੀ, ਮੈਂ ਗੋਲੀ ਮੈਂ ਜ਼ਿੰਮੇਵਾਰ ਹਾਂ। ਵਾਹ, ਮਤਲਬ ਫਰੀਦ ਖਾਨ ਤੁਹਾਡੇ ਵਾਸਤੇ ਅੱਛਾ ਬੰਦਾ ਹੈ। ਹਾਂ ਹਾਂ, ਬੜਾ ਅੱਛਾ, ਬੜਾ ਅੱਛਾ, ਬਹੁਤ ਅੱਛਾ ਹੈ। ਉਸਨੇ ਸਾਨੂੰ ਬੰਦੂਕ ਦਿੱਤੀ, ਅਸਾਂ ਰੱਖੀ, ਸਾਨੂੰ ਸਾਰੇ ਸਾਰੇ ਖਾਣੇ ਵਾਲ ਦੇ ਹਾਰਾਂ ਅਤੇ ਬਹੁਤ ਜਣੇ ਇੰਝ ਪਏ ਕਿ ਬਈ ਇਹਨੇ ਪਹੁੰਚਾ ਦਿੱਤਾ ਬਈ ਖਾਣੇ ਵਾਲ ਨੂੰ। ਵਾਹ, ਉਹ ਖਾਣੇ ਵਾਲ ਜਿਹਨੇ ਜਿੰਨੀ ਸਾਡੀ ਕੋਸ਼ਿਸ਼ ਕੀਤੀ ਗਈ ਕਿ ਬਈ ਖਾਣੇ ਵਾਲ ਇਹ ਬਚਾ। ਹੁਣ ਅਸਾਂ ਉਹ ਹਿੰਦੂ ਡਰਨ ਡਰਪੋਕ ਅਤੇ ਹੋਰ ਕਿਆ ਹੋਣਾ। ਅਸਾਂ ਆਖਿਆ ਬਈ ਹੁਣ ਆਪਣਾ ਤਾਲੇ ਮਾਰ ਕੇ ਉਹ ਸਮਾਨ ਰੱਖ ਚਲੇ ਗਏ ਉਸ ਆਪਣਾ ਸ਼ਹਿਰੇ। ਅੱਛਾ, ਚਲੇ ਗਏ, ਕਿਉਂਕਿ ਨਾਲ ਮੁਸਲਮਾਨ ਪਾਉਂਦੇ ਹਨ ਗਣੀ ਮਾਤ ਅਤੇ ਮੈਦਾਨ ਪਾਉਂਦਾ ਹੀ। ਅਸਾਂ ਚਲੇ ਗਏ ਅਤੇ ਦੂਵੇਂ ਦਾ ਮਕਾਨ ਆਈ ਤੋਤੇ ਰਾਮ ਦੂਵੇ ਦਾ, ਉੱਥੇ ਜਾ ਕੇ ਰਹਿ ਗਿਆ ਅਸਾਂ। ਠੀਕ ਹੈ, ਅਤੇ ਇੱਥੋਂ ਆਪਣਾ ਉੱਥੇ ਮੈਂ ਮੁਸਲਮਾਨ ਜਾਂ ਕਿਰਪੂਰ ਲੱਗੇ ਹੋ ਜਾਂਦਾ ਸੀ ਸਾਨੂੰ ਨਕਲਣ ਜਿਹੜੇ ਸਮਾਨ ਸਮੂਨ ਕੋਈ ਵੇਚ ਵੂਚ ਕੇ ਅਤੇ ਗਾਣੇ ਗੁਣੇ ਵੇਚ ਕੇ ਅਤੇ ਰੋਟੀ ਉੱਥੇ ਖਾਂਦੇ ਰਹੇ ਸੋ। ਠੀਕ ਹੈ, ਅਤੇ ਅਸਾਂ ਆਪਣਾ ਮੈਂ ਥੋੜ੍ਹਾ ਬਹੁਤ ਕੰਮ ਮੂੰਗ ਚਾਲਾ ਵੇਚ ਲਵਾਂ ਕਰਾਂ ਜੋ ਰੋਟੀ ਕਰ ਗੁਜ਼ਾਰਾ ਕਰਨਾ, ਕਿਉਂ ਘਰ ਮੇਰੀ ਮਾਂ ਉੱਥੇ ਦੇ। ਹਾਂ ਬਿਲਕੁਲ, ਹਾਂ ਅਤੇ ਉਸ ਤੋਂ ਬਾਅਦ ਮਿਲਟਰੀ ਆ ਗਈ ਖਾਣੇ ਵਾਲੀ। ਹਾਂ, ਬਾਅਦ ਵਿੱਚ। ਅੱਛਾ, ਮਿਲਟਰੀ ਬਾਅਦ ਵਿੱਚ ਆਈ, ਦਸ ਬਲਾਕ ਤੋਂ ਤੁਸੀਂ ਚਲੇ ਗਏ, ਖਾਣੇ ਵਾਲ ਮਿਲਟਰੀ ਆ ਗਈ। ਹਾਂ, ਖਾਣੇ ਵਾਲ, ਖਾਣੇ ਵਾਲ ਮਿਲਟਰੀ ਆ ਗਈ ਅਤੇ ਉਹਨਾਂ ਗੱਡੀਆਂ ਮਤਲਬ ਉਹ ਜਿਹਨੇ ਚੜ੍ਹਨ ਲੱਗੇ ਉੱਥੇ ਨਾ ਰੇਲ ਗੱਡੀ 'ਤੇ, ਉਹ ਮਾਲ ਗੋਦਾਮ ਵਿੱਚ ਚੜ੍ਹਨ ਲੱਗੇ ਅਤੇ ਉਸ ਤੋਂ ਬਾਅਦ ਮਾਰ ਕੁਟਾਈ ਅਤੇ ਉਹਨਾਂ ਮਤਲਬ ਜਿਹੜੀ ਜਨਾਨੀਆਂ ਜਿਹੜੀ ਉਹਨਾਂ ਇਤਨੀ ਜਨਾਨੀਆਂ ਕੱਪੜੇ ਉਤਰੇ ਗਏ, ਸਭ ਕੁਝ ਬੁਰਾ ਹੋ ਗਿਆ। ਅਤੇ ਉਸ ਤੋਂ ਬਾਅਦ ਉਹ ਆਖਣ ਲੱਗਿਆ ਬਈ ਗੱਲ ਇੰਝ, ਤੁਸਾਂ ਮੈਂ ਆਰਡਰ ਦਿੱਤੇ ਬਈ ਡਾਇਮੰਡ ਸਨ ਗੋਲੀ ਚਲਾਵਣ ਦਿਓ ਤੁਸਾਂ। ਅੱਛਾ, ਉਹਨਾਂ ਨੂੰ ਆਰਡਰ ਨਾ ਮਿਲਿਆ। ਅੱਛਾ, ਬਈ ਗੋਲੀ ਚਲਾਵਣ ਦਾ। ਫਿਰ ਉਸ ਉਹਨਾਂ ਦਰਖਾਸਤ ਦਿੱਤੀ ਰਿਸ਼ਤੇ ਬਈ ਗੋਲੀ ਚਲਾਵਣ, ਉਹਨਾਂ ਆਖੇ ਤੁਹਾਨੂੰ 2 ਮਿੰਟ ਦੇ ਆਰਡਰ ਰਹੇ ਬਈ ਤੁਸੀਂ ਕਰ ਗੋਲੀ ਚਲਾ ਸਕਦੇ ਹੋ। ਉਹਨਾਂ ਗੋਲੀ ਉੱਥੇ ਚਲਾਈ, ਗੋਲੀ ਇਤਨੀ ਚੱਲੀ ਕਿ ਜਿਹਨੇ ਦਰਵਾਜ਼ੇ ਉਹ ਬੰਦੇ ਹੁਣ ਮਰ ਗਏ, 80 ਬੰਦੇ ਮਰ ਗਿਆ ਉੱਥੇ। ਅੱਛਾ, ਮੁਸਲਮਾਨਾਂ ਦਾ ਗੋਲੀ ਦੀ ਵਜ੍ਹਾ ਤੋਂ? ਗੋਲੀ ਦੀ ਵਜ੍ਹਾ। ਅੱਛਾ, ਜਿਹਨੇ ਗੋਲੀ ਨੇ ਇਸੇ ਤਰੀਕੇ ਢੰਗ ਨਾਲ ਚਲਾਈ ਕਿ ਹਿੰਦੂ ਫਿਰ ਕੀ ਨਾ ਮੋਇਆ। ਵਾਹ, ਅਤੇ ਉਸ ਲੋਕ ਜਨਾਨੀਆਂ ਲੇਟ ਜਾਓ, ਲੇਟ ਜਾਓ ਜੀ, ਉਹ ਲੇਟ ਗਈਆਂ ਸਾਰੇ ਜਿਹੜੇ, ਇੱਕ ਬੰਦਾ ਨਹੀਂ ਮੋਇਆ, ਜਾਣੀ 250 ਹੋ ਗਿਆ ਅਤੇ 80 ਬੰਦਾ ਮਰ ਗਿਆ। ਅੱਛਾ ਜੀ, ਉਸ ਤੋਂ ਬਾਅਦ ਬਚਾਅ ਹੋਇਆ, ਫਿਰ ਗੱਡੀਆਂ ਭਰਨਾ ਸ਼ੁਰੂ ਕਰ ਦਿੱਤੀਆਂ। ਠੀਕ ਠੀਕ ਠੀਕ, ਜਿਹੜੇ ਮਾਲ ਗੁਦਾਮ ਹੈ ਨਾ, ਫਰੀਦ ਖਾਨ ਕੀ ਕੀਤਾ ਕਿ ਉਸਨੇ ਖੂਹ ਚਲਾ ਕੇ ਉਹ ਪਾਣੀ ਭਰਨ ਨਾ ਦਿੰਦੇ ਕਿ ਭਾਈ ਪਾਣੀ ਲੈ ਭਜਣ। ਹੁਣ ਉਹ ਫਰੀਦ ਖਾਨ ਕੋਸ਼ਿਸ਼ ਕੀਤੀ ਖੂਹ ਚਲਾ ਦਿੱਤਾ, ਬਈ ਤੁਸੀਂ ਮੈਂ ਜ਼ਿੰਮੇਵਾਰ ਹਾਂ ਆਪ ਪਾਣੀ ਭਰ ਲਓ। ਠੀਕ ਹੈ, ਉਹਨਾਂ ਆਪਣਾ ਜਨਾਨੀ ਪਾਣੀ ਭਰ ਰਹੀ ਆ ਗੱਡੀ ਵਾਸਤੇ, ਗੱਡੀ ਮਾਲ ਗੱਲ ਖੁੱਤੀ ਰਹੀ ਤੇ ਉਹ ਪਾਣੀ ਪੂਣੀ ਭਰ ਕੇ ਅਤੇ ਉਹਨਾਂ ਗੱਡੀ ਚਾਲੂ ਕੀਤੀ। ਠੀਕ ਹੈ, ਅਤੇ ਉਸ ਤੋਂ ਬਾਅਦ ਅਸਾਂ ਜਿਹੜੇ ਆਏ ਮੁੜ ਬਾਅਦ ਜਿਹੜੇ ਆਇਆ ਖਾਣੇ ਵਾਲ ਤੋਂ, ਖਾਣੇ ਵਾਲ ਤੋਂ ਬਾਅਦ ਵਿੱਚ
ਮੈਂ ਸਿਰਫ ਮੈਂ ਉਸ ਉਮਰ 14 ਸਾਲ ਦੀ ਹੈ, ਮੈਂ ਸਿਰਫ ਕੀ ਕਰਾਂ, ਵਾਝਾ ਆਈ ਮੇਰਾ ਪਿਤਾ ਜੀ ਦਾ ਨਿਸ਼ਾਨੀ ਥਾਲੀਆਂ ਉਹ ਥਾਲੀ ਮੈਂ ਵਾਝਾ ਮੈਂ ਲਾਇਆ ਬੈਠਾ ਤੇ ਮੈਂ ਹੋਰ ਕਾਸ਼ ਨਹੀਂ ਚਾਹ ਬੈਂਦਾ, ਠੀਕ ਹੈ, ਮੈਂ ਉਹ ਵਾਝਾ ਲਾਇਆ ਤੇ ਮੇਰੀ ਮਾਂ ਆਈ ਉਹ ਬੇਵਾ ਸਮਾਣੀ ਬਸ ਉਹਦੀ ਹਾਲਾਤ ਉਸ ਸ਼ਾਦੀ ਕਰਾਈ ਕੋਈ ਨਾ ਮੇਰਾ ਪਤੀ ਹੀ ਹੋ ਤੇ ਮੇਰਾ ਸਾਰਾ ਕੁਝ ਮੇਰੇ ਘਰ, ਠੀਕ ਹੈ, 105 ਸਾਲ ਦੀ ਗੁਜ਼ਰ ਗਈ। ਅੱਛਾ, ਹਾਂ, ਉੱਥੇ ਆ ਕੇ ਬਸ ਗੱਡੀ 'ਚ ਚੱਲ ਗਏ ਉਸ ਤੇ ਗੱਡੀ 'ਚ ਆ ਕੇ ਮਿੰਟ ਗੁਮਰੀ ਸਾਨੂੰ ਮਿੰਟ ਗੁਮਰੀ ਨਹੀਂ ਗੱਡੀ ਚੱਲਣ ਦਿੱਤੀ। ਅੱਛਾ, ਉੱਥੇ ਰੋਕ ਲਈ? ਰੋਕ ਲਏ, ਚੂਰੇ ਕੋਈ ਅੰਤ ਨਹੀਂ, ਇਤਨੇ ਅਸੀਂ ਮਰਨੇ ਹੈ। ਅੱਛਾ, ਕੋਈ 5 ਬੰਦਿਆਂ ਨੂੰ ਮਿਲਟਰੀ ਵਾਲੇ ਉੱਥੇ ਮੋਰਚੇ ਲੱਗੇ ਹੋਏ ਹਨ ਅਤੇ ਉਹ ਆਖਣ ਲੱਗੇ ਵੀ ਸਾਡੇ ਇਹ ਬਿੱਲੇ ਹੀ ਨੇ ਅਤੇ ਇਹ ਨਿਸ਼ਾਨ ਰੱਖਿਆ ਵੀ ਹੋਰ ਕੋਈ ਆਵੇ ਤਾਂ ਉਹ ਮੇਰਾ ਨਿਸ਼ਾਨ ਦੇਖ ਲਿਆ, ਕਹਿਣ ਹੋਰ ਨਾ ਮਿਲਤੀ। ਉੱਥੇ ਬੈਠੇ ਉਹਨਾਂ ਅਨਾਊਂਸਮੈਂਟ ਕੀਤੀ ਕਿ ਤੁਸੀਂ ਫਿਕਰ ਨਾ, ਅਗਰ ਅਸੀਂ 5 ਜਿੰਦੇ ਰਹੇ ਹੋ ਸਰ ਤਾਂ ਤੁਹਾਨੂੰ ਆਂਚ ਨਾ ਆਉਣ ਦੱਸੀ ਅਤੇ ਇੰਨੀ ਜ਼ਿੰਮੇਵਾਰੀ ਸਾਡੀ ਹੈ। ਅੱਛਾ, ਉੱਥੇ ਉਹਨਾਂ ਥੋੜ੍ਹੀ ਗੋਲੀ ਚਲਾਈ ਸੀ। ਅੱਛਾ, ਅਤੇ ਉਹ ਡਰ ਕੇ ਭੱਜ ਗਿਆ ਜਿਹੜਾ ਉਹਨਾਂ ਵੇਖਿਆ, ਯਾਨੀ 2 ਘੰਟੇ ਅਸਾਂ ਗੱਡੀ ਖੜਤੀ ਰਹੀ, ਠੀਕ ਹੈ, ਉੱਥੇ ਨਾ ਚੱਲੀ। ਫਿਰ ਉਸ ਤੋਂ ਬਾਅਦ ਚੱਲਿਆ ਉੱਥੇ ਅੱਗੇ ਆਪਣਾ ਲਾਹੌਰ। ਅੱਛਾ, ਲਾਹੌਰ ਚੱਲ, ਠੀਕ ਹੈ, ਅਤੇ ਲਾਹੌਰ ਦੇ ਵਿੱਚ ਹੁਣ ਆਪਣਾ ਉਹ ਗੱਡੀ ਉੱਥੇ ਰੁਕੀ ਅਤੇ ਉਹ ਆਖਣ ਬਈ ਗੱਡੀ ਵਾਲੇ ਕਿ ਬਾਈ ਤੂੰ ਇਸ ਲਾਈਨ 'ਤੇ ਲੈ ਜਾਓ, ਇਹਦੇ ਅਸੀਂ ਨਹੀਂ ਜਾਣ ਦਿੰਦੇ, ਠੀਕ ਹੈ। ਉਹ ਕਿਹੜੀ ਲਾਈਨ ਆਈ ਹੋਰ ਪਾਸੇ? ਮਤਲਬ ਮਤਲਬ ਲਾਈਨ ਆਪਣਾ ਹਿੰਦੁਸਤਾਨ ਜਾਣਾ ਆਈ ਨਾ, ਅਤੇ ਉਹ ਲਾਈਨ ਇਸ ਲਾਈਨ 'ਤੇ ਲਾਓ, ਇਸ ਪਾਸੇ ਲੈ ਜਾਓ, ਠੀਕ ਹੈ। ਉਹ ਆ ਕੇ ਮੁਸਲਮਾਨ ਕੇ ਨਾ ਇਸ ਪਾਸੇ ਲਾਇਆ ਸਰ। ਅੱਛਾ, ਹਾਂ, ਉਹ ਮੁਸਲਮਾਨ ਉਹਨਾਂ ਆਖਿਆ ਜੀ ਅਸਾਂ ਇਸ ਨਹੀਂ ਜਾਣ ਦੇ। ਅਖੀਰੀ ਮੁਸਲਮਾਨ ਡਰਾਈਵਰ ਆਈ, ਉਹ ਆਖਣ ਲੱਗਾ ਮੈਂ ਇਸ ਲੈਣ, ਉਹ ਮਿਲਟਰੀ ਵਾਲਾ ਰਸਤਾ ਅਤੇ ਉਹਨਾਂ ਨੂੰ ਉਸ 2-4 ਦਫ਼ਾ ਉਹਨੇ ਮਾਰੀਆਂ। ਅੱਛਾ, ਉਸ ਨੂੰ ਡਰਾਈਵਰ ਨੂੰ ਉਸ ਮੈਂ ਗੱਡੀ ਚਲਾ ਵੇ, ਮੈਂ ਚੱਲ ਸਾਂ, ਜਾ ਉਹ ਸਿੱਧਾ ਹੋ ਗਿਆ। ਉਹਨੂੰ ਫੋਨ ਕਰਤੇ, ਉਹਨੂੰ ਵੈਲਸ ਕਰ ਲਿੱਤੀ ਅਟਾਰੀ ਦੇ ਵਿੱਚ, ਉਹਨਾਂ 2 ਗੱਡੀਆਂ ਬਈ ਰੋਕ ਲਓ, ਜੇ ਸਾਡੀ ਗੱਡੀ ਆਸੀ ਤਾਂ ਜਾਂਦੇ ਹਿੰਦੁਸਤਾਨ ਆਸੇ ਨਾ ਜਾਵੇ, ਠੀਕ ਹੈ। ਉਹ ਗੱਡੀ ਗਈ ਤਾਂ 2 ਗੱਡੀਆਂ ਉਹਨਾਂ ਦੀਆਂ। ਅੱਛਾ, ਜਿਹੜੀ ਅਟਾਰੀ ਤੋਂ ਗਈ ਫਿਰ ਤੁਹਾਡੀ ਗੱਡੀ ਕਿਹੜੇ ਗਈ? ਅੱਛਾ, ਗੱਡੀ ਪਹਿਲੀ ਚਲੀ ਗਈ ਨਾ ਅਤੇ ਦਾਂ ਛੋੜੀਆਂ ਉਹਨਾਂ ਨੂੰ ਗੱਡੀਆਂ। ਅੱਛਾ, ਤਦ ਤੱਕ ਰੋਕ ਕੇ ਰੱਖੇ? ਉਹ ਮੋੜ ਉਸ ਚੱਲ ਆਈ, ਮੋੜ ਅੱਛਾ ਇੱਥੇ ਆ ਗਏ ਉਸ ਆਪਣਾ ਕੁਰਸ਼ੇਤਰ। ਅਟਾਰੀ ਤੋਂ ਬਾਅਦ ਜਿਹੜੇ ਤੁਸੀਂ ਅੱਗੇ ਆਏ ਤਾਂ ਪਹਿਲਾ ਕੈਂਪ ਤੁਹਾਡਾ ਕੁਰਸ਼ੇਤਰ ਲੱਗਾ? ਹਾਂ, ਕੁਰਸ਼ੇਤਰ ਲੱਗਾ, ਠੀਕ ਹੈ, ਕੁਰਸ਼ੇਤਰ ਲੱਗੇ ਕੁਰਸ਼ੇਤਰ 'ਤੇ ਆਪਣਾ ਉੱਥੇ ਮੇਰੇ ਮਾਸਟਰ ਰਾਂਝਾ ਰਾਮ ਚੰਦ ਪਹਿਲੇ ਤੋਂ ਰਹਿੰਦੇ ਹਨ? ਹਾਂ, ਉਹ ਸੈਕਿੰਡ ਮਾਸਟਰ ਆਈ ਸਾਡੇ ਸਕੂਲ ਦਾ। ਅੱਛਾ, ਅਤੇ ਇਹ ਰਾਮ ਚੰਦ ਇੱਥੇ ਕਿਵੇਂ ਆ ਗਿਆ ਜੀ? ਰਾਮ ਚੰਦ ਆ ਗਿਆ, ਉਹ ਪਹਿਲੇ ਆ ਗਿਆ। ਅੱਛਾ, ਉਹ ਇੱਥੋਂ ਇੱਥੋਂ ਆਪਣਾ ਕੈਂਪ ਦਾ ਵੱਡਾ ਬਣ ਗਿਆ। ਅੱਛਾ, ਠੀਕ ਹੈ, ਉਹ ਮੈਨੂੰ ਸੈਕਿੰਡ ਮਾਸਟਰ ਆਈ ਮੈਂ ਜਤੀਨ ਰਾਮ। ਹਾਂ, ਅਤੇ ਉਹ ਮੇਰੇ ਯਤੀਮ ਦਾ ਮੈਨੂੰ ਆਖਿਆ ਲੱਗ ਗਿਆ ਹਰਮਾਨ ਤੂੰ ਕਿਵੇਂ, ਮੈਂ ਆਖਿਆ ਮੈਂ ਇੰਨੇ ਆ ਗਿਆ ਜੀ ਹੁਕਮ ਕਰੋ। ਉਹ ਉਸ ਮੈਨੂੰ ਰੋਜ਼ 2 ਰਾਸ਼ਨ ਕਾਰਡ ਬਣਾ ਦਿੱਤੇ ਕਿ ਬਈ ਤੂੰ ਰੋਟੀ ਕਿਵੇਂ ਖਾਸੇ। ਹਾਂ, ਠੀਕ ਹੈ ਜੀ, ਮੈਂ ਉੱਥੇ ਆਖਿਰ ਰੋਟੀ ਗੁਜ਼ਾਰਾ ਹੋਈਆਂ ਹੁੰਦਾ ਜੀ, ਮੈਂ ਗਿਆ ਠੇਕੇਦਾਰ ਕੋਲੋਂ, ਠੀਕ ਹੈ, ਆਪਣਾ ਉੱਥੇ ਰਹਿੰਦੇ ਦੀਵਾਨ ਚੰਦ ਅਤੇ ਆਪਣਾ ਇੱਕ ਕਰਮ ਠੇਕੇਦਾਰ, ਠੀਕ ਹੈ, ਉਹਦੇ ਕੋਲ ਮੈਂ ਕਿਹਾ ਬਈ ਮੈਨੂੰ ਮਜ਼ਦੂਰੀ ਚਾਹੀਦੀ, ਮੈਨੂੰ ਤਾਂ ਰੋਟੀ ਚਾਹੀਦੀ। ਉਹਨਾਂ ਅਸਾਂ ਲੋਕਾਂ ਨੂੰ 12 ਦਿੰਦੇ ਹਾਂ 300 ਰੁਪਈਆ ਜੀ ਸਾਂ, ਠੀਕ ਹੈ, ਠੀਕ ਹੈ ਜੀ। ਉਹ ਮੈਂ ਉੱਥੇ ਮਜ਼ਦੂਰੀ ਕਰਨ ਲੱਗ ਗਿਆ, ਜਿੰਨਾ ਮੇਰੇ ਕੋਲ ਹੋ ਸਕਦਾ ਮਜ਼ਦੂਰੀ ਕੀਤੀ, ਮੈਂ ਉੱਥੇ ਮਜ਼ਦੂਰੀ ਲੱਗਾ ਰਿਹਾ। ਕੁਰਸ਼ੇਤਰ ਦੀ ਗੱਲ ਹੈ ਜੀ? ਆ, ਅੱਛਾ, ਮਜ਼ਦੂਰੀ ਕੀਤੀ, ਉਸ ਤੋਂ ਬਾਅਦ ਇੱਕ ਦੀਵਾਨ ਚੰਦ ਆਈ, ਉਹ ਉਹਦਾ ਵਿਰਾਹ ਲੱਗ ਹੋਇਆ ਆਈ ਨੀਲੋ ਖੇੜੀ 'ਚ, ਠੀਕ ਹੈ, ਪੇਂਟਰ ਦੇ ਕੰਮ ਸਿੱਖਣ
ਤੇ ਇਸ ਦਰਮਿਆਨ ਤੁਹਾਡਾ ਉਹ ਗ੍ਰਾਮੋਫੋਨ ਵਾਜਾ ਪਲੇਟ ਵਾਲਾ ਕਿੱਥੇ ਆਈ? ਮੇਰੇ ਕੋਲ ਆਈ। ਅੱਛਾ। ਹਾਂ, ਮੈਂ ਨਾਲ ਲੈ ਰੱਖਿਆ। ਅੱਛਾ। ਤੇ ਜਿਹੜੇ ਬਰਤਨ ਬੁਰਤਨ ਹਾਲੇ ਮੇਰੇ ਪਾਕਿਸਤਾਨ ਨੇ ਪਾਏ ਹੋਏ ਨੇ। ਕਿੱਥੇ ਪਾਏ ਹੋਏ? ਘਰ ਪਾਏ ਹੋਏ। ਆਪਣੇ ਘਰ ਪਾਏ ਹੋਏ? ਉਹ ਦੀਵਾਨ ਚਾਹੁੰਦਾ ਜੀ, ਗੱਲ ਇਹ ਬਸ ਸਕੂਲ ਤਾਂ ਮੈਂ ਬਣ ਨਹੀਂ ਸਕਦਾ, ਨਾ ਮੈਂ ਸਕੂਲ ਪੜ੍ਹਿਆ, ਸਿੱਧੀ ਗੱਲ ਮੈਂ ਛੇ ਜਮਾਂ ਦਾ ਪਾਸ ਕੀਤੇ, ਉਸ ਤੋਂ ਬਾਅਦ ਸਕੂਲ ਗਿਆ ਹੀ ਕੋਈ ਨਹੀਂ। ਦੀਵਾਨ ਜਾ ਕੇ ਇੰਜ ਕਰ, ਤੂੰ ਨੀਲੋ ਖੜੀ ਚੱਲ, ਤੈਨੂੰ ਦਾਖਲਾ ਦਿਵਾ ਦੇਣਾ, ਤੂੰ ਪੈਂਟਰ ਦਾ ਕੰਮ ਸਿੱਖ ਲੈ। ਅੱਛਾ, ਠੀਕ ਹੈ ਜੀ। ਮੈਂ ਚਲਾ ਗਿਆ। ਮੈਂ ਮੇਰੀ ਰੋਣ ਲੱਗ ਗਈ ਕਿ ਬਈ ਤੈਨੂੰ ਫਿਕਰ ਨਾ ਕਰੋ, ਮੈਂ ਮੈਂ ਤਰਾਵੜੀ ਦੇ ਨਾਲ ਪਾਉਂਦਾ ਨੀਲੋ ਖੇੜੀ, ਉੱਥੇ ਗਿਆ, ਉਸ ਕੈਂਪ ਯਾਨੀ ਕੈਂਪ ਗਿਆ, ਹਾਲੇ ਵਸਿਆ ਕੋਈ ਨਾ ਆਏ। ਠੀਕ ਹੈ। ਨੀਲੋ ਖੇੜੀ ਵਿੱਚ ਉਹ ਕਿਸੇ ਕੈਂਪੇ ਜਾ ਕੇ ਕੰਮ ਦਿੱਤਾ। ਅੱਛਾ। ਮੈਂ 3 ਮਹੀਨੇ ਕੰਮ ਸਿੱਖਿਆ। ਠੀਕ ਹੈ। ਉਸ ਤੋਂ ਬਾਅਦ ਮੈਂ ਆ ਗਿਆ ਘਰ। ਉਸ ਤੋਂ ਬਾਅਦ ਮੈਂ ਅੰਬਾਲਾ ਛਾਵਣੀ ਕੰਪੈਂਟਰ ਸਿੱਖਣ ਗਿਆ, ਅੰਬਾਲਾ ਛਾਵਣੀ ਵਿੱਚ। ਜਿਹੜਾ ਤੁਹਾਡਾ ਪਹਿਲਾ ਉਸਤਾਦ ਆਈ ਉਹ ਕੌਣ ਆਈ? ਦੀਵਾਨ ਚੰਦ। ਦੀਵਾਨ ਚੰਦ ਕੋਲ ਤੁਸੀਂ 3 ਮਹੀਨੇ ਕੰਮ ਸਿੱਖਾ? 3 ਮਹੀਨੇ ਆਪਣਾ ਸਰਟੀਫਿਕੇਟ ਮੇਰੇ ਕੋਲ ਪਿਆ। ਅੱਛਾ। ਹਾਂ, ਸਰਟੀਫਿਕੇਟ ਸਰਟੀਫਿਕੇਟ ਮੇਰੇ ਕੋਲ ਅੱਜ ਵੀ ਪਈ ਹੈ। ਅੱਜ ਵੀ ਪਈ ਹੈ। ਵਾਹ, ਸਾਨੂੰ ਵੀ ਖੇਸੋ। ਹਾਂ, ਬਿਲਕੁਲ। ਵਾਹ, ਤੇ ਫਿਰ ਤੁਸੀਂ ਆ ਗਏ ਅੰਬਾਲਾ ਛਾਵਣੀ? ਅੰਬਾਲਾ ਨਹੀਂ, ਕਿਸੇ ਤੇ ਆ ਗਿਆ ਨਾ, ਫਿਰ ਮੈਂ ਗੱਡੀ ਚੱਲਦੀ ਗੱਡੀ ਤੇ ਮੈਂ ਆਖਿਆ ਮੈਂ ਜਾਣਾ ਕੰਮ ਸਿੱਖਣ ਜਾਣਾ। ਅੱਛਾ। ਮੈਂ ਚਲ ਅੰਬਾਲਾ ਛਾਉਣੀ ਗਿਆ, ਉਹ ਗਿਆ ਤਾਂ ਆਪਣਾ ਬਸ ਚੱਲੀ ਗੱਡੀ ਛਾਲ ਮਾਰ ਦਿੱਤੀ। ਤੁਸਾਂ ਕਿਉਂ ਮਾਰੀ? ਟਿਕਟ ਕੋਈ ਨਹੀਂ। ਅੱਛਾ। ਸਮਝੋ, ਟਿਕਟ ਕੋਈ ਨਹੀਂ, ਮੈਂ ਗੱਲ ਕਰਾਂ। ਠੀਕ ਹੈ। ਛਾਲ ਮਾਰੀ ਮੈਂ ਨਾਲੇ ਦੇ ਵਿੱਚ। ਹਾਂ, ਗਸਟਿੰਦਾ ਗਿਆ। ਗਸਟਿੰਦਾ ਗਿਆ, ਨਾਲੇ ਪੈਦਲ ਚੱਲਦਾ ਗਿਆ। ਅੱਛਾ ਅੱਛਾ। ਉਹ ਪੁੱਛਦਾ ਗਿਆ ਬਈ ਆਰ ਐਲ ਵਰਮਾ ਕਿਹੜਾ, ਆਰ ਮੇਰੇ ਕੋਲ ਉਸਤਾਦ ਪਿਆ। ਅੱਛਾ। ਆਰ ਐਲ ਵਰਮਾ ਕਿਹੜਾ, ਆਰ ਐਲ ਵਰਮਾ ਕਿੱਥੇ, ਕੋਈ ਦੱਸੇ ਨਾ, ਜਿਹੜਾ ਲੱਗਿਆ ਚੱਲਿਆ ਗਿਆ, ਪੁੱਛਦਾ ਗਿਆ, ਕੋਈ ਪਤਾ ਨਹੀਂ। ਅਖੀਰੀ ਮੈਂ ਉਹ ਆਰ ਐਲ ਵਰਮਾ ਕੋਲ ਗਿਆ, ਬਈ ਆਰ ਐਲ ਵਰਮਾ ਮੈਂ ਕੌਣ ਹੈ ਕੌਣ ਹੈ ਵਰਮਾ, ਉਹ ਗਿਆ ਤੇ ਆਪਣਾ ਉਹ ਕਹਿੰਦਾ ਹਾਂ ਆ ਜਾ ਮੈਂ। ਹਾਂ। ਉਹਨੂੰ ਪੁੱਛਿਆ ਇਹਨੇ ਕੀ ਗੱਲ ਕੀਤੀ, ਤੇਰੇ ਨਾਲ ਕੰਮ ਕੀ ਹੈ? ਹਾਂ। ਜਿਹਨੇ ਮੈਂ ਜੀ ਉਹਨੂੰ ਕੰਮ ਸਿੱਖਣਾ ਹੈ ਉਹਦੇ। ਹਾਂ। ਉਹ ਕਿਹਾ ਅੱਛਾ। ਉਹਦੇ 4 ਲੜਕੇ ਹਨ। ਅੱਛਾ। ਮੈਂ ਬੈਠਾ ਆਖਣ ਲੱਗਾ ਜਿਹਨੇ ਪਹਿਲਾਂ ਰੋਟੀ ਖਾ ਅਤੇ ਗੱਲ ਕਰ, ਮੈਂ ਕਿਹਾ ਮੈਨੂੰ ਭੁੱਖ ਕੋਈ ਨਹੀਂ, ਮੈਂ ਨਹੀਂ ਕਹਿਣਾ। ਉਸ ਕਿ ਮੈਂ ਪ੍ਰੇਮ ਜਨ ਜਾ ਕੇ ਖਵਾਓ ਰੋਟੀ ਨੂੰ ਖਵਾ। ਓਮ ਪ੍ਰਕਾਸ਼ ਆ ਨਾਮ ਉਹਦੇ ਨਾਲ ਉਸਤਾਦ ਦਾ ਨਾਮ ਨਾ। ਅੱਛਾ। ਉਤਾਰ ਆਰ ਵਰਮਾ ਆਈ ਵਡਵਾਨ ਉਸਤਾਦ ਹਨ ਓਮ ਪ੍ਰਕਾਸ਼। ਅੱਛਾ ਅੱਛਾ। ਉਹ ਮੈਨੂੰ ਲੈ ਗਿਆ ਘਰ, ਰੋਟੀ ਖਵਾਈ, ਮੈਨੂੰ ਆਖਿਆ ਹੁਣ 10 ਮਿੰਟ ਕੀ ਕਰਨਾ। ਮੈਂ ਕਿਹਾ ਮੈਂ ਇਸੇ ਤਰ੍ਹਾਂ ਬਈ ਮੇਰਾ ਤਾਂ ਹੈ ਕੋਈ ਨਾ ਅਤੇ ਮੈਂ ਕੰਮ ਸਿੱਖਣਾ ਚਾਹੁੰਦਾ ਅਤੇ ਤੁਸੀਂ ਮੈਨੂੰ ਸਿਖਾਓ ਕੰਮ ਸਿਖਾਓ। ਉਹਦੇ ਕੋਲ ਲੜਕੇ 8-10 ਲੜਕੇ ਰਹਿੰਦੇ ਹਨ ਜਿਹੜੇ ਕੰਮ ਸਿੱਖਦੇ ਹਨ। ਅੱਛਾ। ਹਾਂ। ਉਹਦੇ ਆਪਣਾ ਇਹ ਖੋਖਾ ਬਣਿਆ ਹੋਇਆ ਅਤੇ ਲੜਕੇ ਨਾਲ ਉੱਥੇ ਰਹਿੰਦੇ ਹਨ ਅਤੇ ਮੈਂ ਉੱਥੇ ਰਿਹਾ। ਮੈਂ 15 ਦਿਨ ਰੋਟੀ ਆਪਣੇ ਕੋਲ ਖਾਧੀ, ਮੁੜ ਆ ਗਏ ਘਰ। ਮਾਂ ਨੂੰ ਆਖਿਆ ਮਾਤਾ ਚਿਕਨ ਵਜਣਾ, ਉਹ ਰੋਣ ਲੱਗ ਗਏ ਵੀ ਤੂੰ ਨਹੀਂ ਜਾਣ ਦਿੰਦੇ, ਆਖਿਰ ਮੈਂ ਜਾਣੇ। ਅਖੀਰੀ ਮੈਂ ਉੱਥੇ ਆ ਗਈ, ਉਹ ਆਪਣਾ ਕੰਮ ਸਿਉਣਾ ਸ਼ੁਰੂ ਕਰ। 15 ਦਿਨ ਮੈਂ ਰੋਟੀ ਖਾਧੀ ਅਤੇ ਉਹ ਆਖਣ ਲੱਗਾ ਨਹੀਂ ਬਈ ਗੱਲ ਸੁਣ ਬੇਟਾ, ਮੇਰੇ ਸਮਝ 4 ਜਾਂ 5 ਪੁੱਤਰ, ਤੁਸੀਂ ਮੇਰੇ ਕੰਮ ਮੇਰੇ ਰੋਟੀ ਘਰ ਖਾਓ। ਅੱਛਾ। ਕਿਸੇ ਹੋਰ ਨਾ ਮੈਨੂੰ ਆਖਿਆ ਰੋਟੀ ਘਰ ਖਾਓ। ਮੈਂ ਆਖਿਆ ਜੀ ਮੈਂ ਸਮਾਨ ਸਮੂਨ ਘਰ ਲਾਇਆ ਅਤੇ ਘਰ ਮੈਂ ਆਖਿਆ ਚੱਲ ਸਵਾਲ ਜੀ ਕੋਈ ਮੈਨੂੰ ਪਕਾਉਣ ਤਾਂ ਆਉਂਦਾ ਨਹੀਂ, ਉਹ ਜੇ ਸਮਾਨ ਸਮੂਨ ਦਿੱਤਾ ਤਾਂ ਉਸ ਆਖਿਆ ਜੇ ਸਮਾਨ ਲੈਣਾ ਤੂੰ ਗੁਆ ਪੱਜਾ। ਅੱਛਾ। ਉਹਨੂੰ ਗੁੱਸਾ ਆ ਗਿਆ? ਹਾਂ ਗੁੱਸਾ ਆ ਗਿਆ ਬਈ ਨਹੀਂ ਤੈਨੂੰ ਕੰਮ ਸਿੱਖਣ ਤੇ ਨਾ ਤੂੰ ਕਹਿ ਹੋਰ ਕੋਈ ਸਿੱਖ ਲਿਆ। ਮੈਂ ਰੋਵਣ ਲੱਗਿਆ ਬਈ ਕੀ ਕਰਾਂ। ਉਸ ਕਹਿੰਦਾ ਇਹ ਗੱਲ ਹੈ ਤਾਂ ਤੈਨੂੰ ਅਗਰ ਅਗਰ ਸਮਾਨ ਲਾਇਆ ਫਿਰ ਕਾਸ਼ਾ ਦਾ ਜੋ ਜਿੱਥੇ ਤੁਸੀਂ ਆਉਣਾ ਉਹਨਾਂ ਕੋਲੋਂ ਤਾਂ ਬੜੀ ਮਤਲਬ ਪੁੱਤਰਾਂ ਨਹੀਂ ਕਰ ਰੱਖਿਆ। ਬਿਲਕੁਲ। ਕੱਪੜਾ ਲਾਉਣੇ ਸੂਟ ਹੀ ਲੈ ਕੇ ਜੋ ਜੁੱਤਾਂ ਪੁੱਤਰਾਂ ਨਹੀਂ ਕਰ ਰੱਖਿਆ ਉਸੇ ਚਾਲੀ ਨੰਗ ਨਾਲ ਉਹ ਸਿੱਖਦਾ ਰਿਹਾ ਗਿਆ ਜਿਹੜਾ ਉਸ ਟਾਈਮ ਪਾਸ ਕੀਤਾ। ਉਸ ਤੋਂ ਬਾਅਦ ਮੇਰੇ ਰਿਸ਼ਤੇਦਾਰ ਹੈਗਾ ਇਤਿਹਾਸ ਸੀ
ਉਹ ਇੱਥੇ ਆ ਗਿਆ ਹਨ। ਹਾਂ ਜਿੱਥੇ ਆ ਗਿਆ ਅਤੇ ਉਸ ਟਾਈਮ ਤੁਹਾਡੀ ਮਾਤਾ ਜੀ ਕਿੱਥੇ ਹਨ? ਨਹੀਂ ਉਹ ਮਤਲਬ ਦਾਦੀ ਤੁਹਾਡੀ ਕਿੱਥੇ ਆਈ? ਦਾਦੀ ਮੇਰੇ ਕੋਲ ਆਈ। ਉਹ ਨੀਲੋ ਖੇੜੀ ਆਈ ਨਾ? ਨਹੀਂ ਉਹ ਕੁਰਸ਼ੇਤਰ ਆਵੇ। ਹਾਂ ਕੁਰਸ਼ੇਤਰ ਆਈ ਅਤੇ ਮੈਂ ਮਾਲੇ ਸੰਭਾਲੇ ਵੇਂਦੇ ਹੋ ਜਾਵੇ ਕੰਮ ਸਿੱਖਣ ਵਾਸਤੇ। ਮੈਂ ਉੱਥੇ ਨਾ ਨਾਮ ਸਮਝੇ ਉਹ ਸਮਝਿਆ ਸਾਰੇ ਕੁਛ ਅਤੇ ਖੈਰ ਹੁਣ ਉਹ ਤਾਂ ਆਰਟਸ ਦੇ ਕਮਾਲ ਦੇ ਹਨ, ਉਹ ਤਾਂ ਭਗਵਾਨ ਜਾਣੇ ਉਮਰ ਉਹ ਤਾਂ ਹੁਣ ਰਹੇ ਨਾ ਇਤਨੇ ਜਾਣੀ ਮੈਂ ਉਹਨੂੰ ਜਿਤਨੀ ਕਰਨਾ ਜਾਣੀ ਉਹਦੇ ਪੋਜ ਬਣੇ ਹਨ ਮੈਂ ਵੇਖੇ ਉਹਨਾਂ ਦੇ ਜਾਣੀ ਬੈਠੇ ਹੋਣਾ ਜੇ ਸ਼ਕਲ ਵੇਖ ਕੇ ਹੀ ਤਾਂ ਉਸ ਤੋਂ ਬਾਅਦ ਆਪਣਾ ਖਿੱਚਣਾ ਉਤਾਰ ਦੇਣਾ ਹੱਥ ਉਹ ਨਾ ਕੋਲ ਬੈਠੋ ਨਾ ਅੱਛਾ ਇਤਨੇ ਤੱਕ ਵਜਣੇ ਮੈਨੂੰ ਆਈਏ ਆਪਣਾ ਟੇਲਰ ਆਇਆ ਹੀ ਉਸ ਵਿਖਾਇਆ ਹਨ ਕਿ ਬਈ ਉਹ ਅੰਦਰ ਬੈਠੇ ਖੜੋਤਾ ਤਾਂ ਉਸੇ ਟਾਈਮ ਆਪਣਾ ਅਤੇ ਇਹਦਾ ਨਾਮ ਰਿਕਮੈਂਡ ਕਿਹਨੇ ਕੀਤਾ? ਦੀਵਾਨ ਚੰਦ ਨੇ ਤੁਹਾਨੂੰ ਆਖਾਈ ਉਹਦੇ ਕੋਲੋਂ ਸਿੱਖੀ ਆ ਤੁਹਾਨੂੰ ਕਿਹਨੇ ਆਖਾਈ ਆਰ ਆਰ ਵਰਮਾ ਦਾ ਨਾਮ? ਹਾਂ ਮੈਂ ਪੁੱਛਿਆ ਉਹਦੇ ਕੋਲ ਦੀਵਾਨ ਉਹ ਜੀ ਜਹਾਈ ਉਹਦਾ ਅੱਛਾ ਹਾਂ ਉਹਦਾ ਪੁੱਛਿਆ ਜਿਹਨੇ ਵਾਰ ਵਾਰ ਚਲਾ ਜਾਣੇ ਉਹ ਕੰਮ ਦੇ ਮੈਂ ਤਾਂ ਉਹ ਆਇਆ ਤੁਸੀਂ ਉਹਨੂੰ ਲੱਭਦੇ ਲੱਭਦੇ ਕਿਨਾਰੇ ਕਿਨਾਰੇ ਅਤੇ ਫਿਰ ਉਸ ਤੋਂ ਬਾਅਦ ਮੈਂ ਆ ਗਿਆ ਮੈਂ ਉਸਤਾਦ ਜਾ ਕੇ ਮੈਂ ਉਸਤਾਦ ਜੀ ਮੇਰੇ ਰਿਸ਼ਤੇਦਾਰ ਚਲੇ ਗਏ ਤਾਂ ਮੈਨੂੰ ਆ ਗਿਆ ਦਿਓ ਜਿਹਨੇ ਬੇਟਾ ਤੂੰ ਮੇਰੇ ਕੋਲ ਰਹਿ ਜਾ ਤੂੰ ਤਾਂ ਕੀ ਲੋੜ ਹੈ ਤੂੰ ਆਪਣੇ ਮੈਂ ਕਿਹਾ ਮਜਬੂਰੀ ਮੈਂ ਕਿਆ ਕਰਾਂ ਮੈਂ ਜਾਵਣਾ ਉਸ ਆਖਿਆ ਅੱਛਾ ਜਾ ਜਾ ਉਹਨਾਂ ਮੈਨੂੰ ਸਮਾਨ ਸਾਰਾ ਟੋਟਲੀ ਕਲਮਾ ਤੋੜੀ ਬੋਰਡ ਤੋੜੀ ਯਾਨੀ ਜਿਤਨਾ ਸਮਾਨ ਪੈਕ ਕਰ ਰਹੇ ਨੇ ਬੇਟਾ ਉਹਨਾਂ ਨੇ ਸਮਾਨ ਤੋਂ ਲੈ ਜਾ ਤੂੰ ਕਿਸੇ ਮੰਗਣ ਦੀ ਲੋੜ ਕੋਈ ਨਹੀਂ ਤੂੰ ਸਮਾਨ ਸਾਰਾ ਲੈ ਜਾ ਅੱਛਾ ਹਾਂ ਜੇ ਅਗਰ ਤੂੰ ਕੰਮ ਕਰਨਾ ਹੈ ਤਾਂ ਕਰ ਲੈ ਵਾਹ ਔਰ ਮੈਂ ਆਸ਼ੀਰਵਾਦ ਦੇਣਾ ਤੂੰ ਫਿਕਰ ਨਾ ਕਰ ਯਾਨੀ ਤੈਨੂੰ ਕਾਮਯਾਬੀ ਕਾਮਯਾਬ ਤੈਨੂੰ ਕੋਈ ਤੋੜ ਨਹੀਂ ਸਕਦਾ ਚਿੰਤਾ ਨਾ ਕਰ ਆਸ਼ੀਰਵਾਦ ਦੇਣੇ ਮੈਂ ਉਹ ਸਮਾਨ ਸਮੂਨ ਲਾਇਆ ਇੱਥੇ ਆ ਕੇ ਹੁਣ ਇਹ ਆਪਣਾ ਗੰਗੂ ਰਾਮ ਹਲਵਾਈ ਦੀ ਦੁਕਾਨ 'ਤੇ ਮੈਂ ਬਹਿ ਗਿਆ ਅੱਛਾ ਹਾਂ ਅਤੇ ਉੱਥੇ ਤੁਸੀਂ ਕਿੰਨੇ ਟਾਈਮ ਕੰਮ ਸਿੱਖਾ? ਉੱਥੇ ਮੈਂ 8-9 ਕੰਮ ਸਿੱਖਿਆ 8-9 ਸਾਲ 8-9 ਮਹੀਨੇ 9 ਮਹੀਨੇ ਕੰਮ ਸਿੱਖਾ ਅਤੇ ਇਸ ਦਰਮਿਆਨ ਤੁਹਾਡੀ ਮਾਤਾ ਜੀ ਉੱਥੇ ਆਣ ਪਈ ਆਪਣਾ ਦਾਦੀ ਤੁਹਾਡੇ ਨਾਲ ਛੇਤਰ ਆਈ ਦਾਦੀ ਮੇਰੇ ਨਾਲ ਆਈ ਹਾਂ ਅਤੇ ਆਪਣਾ ਮਾਂ ਮੇਰੀ ਨਾਲ ਆਈ ਹਾਂ ਦਾਦੀ ਮੇਰੇ ਕੋਲ ਰਹਿੰਦੀ ਆਈ ਯਾਨੀ ਉਹ ਪੋਤਰ ਕੋਲ ਨਹੀਂ ਰਹਿ ਸਕਦੀ ਠੀਕ ਹੈ ਮੈਂ ਉੱਥੇ ਕੰਮ ਅਤੇ ਉਸ ਟਾਈਮ ਤੁਸੀਂ ਕੁਰਸ਼ੇਤਰ ਦੇ ਉੱਤੇ ਕਿੱਥੇ ਰਹਿੰਦੇ ਵਧੇ ਆਵੇ ਕੈਂਪਾਂ 'ਚ ਕੈਂਪਾਂ 'ਚ ਅਤੇ ਦੋ ਕਾਰਡ ਬਣੇ ਹੁਣ ਸਾਡੇ ਰਾਸ਼ਨ ਕਾਰਡ ਬਣੇ ਹੁਣ ਜਿਹੜੇ ਮਾਸਟਰ ਰਾਮ ਚੰਦ ਬਣਾ ਦਿੱਤਾ ਹੈ ਠੀਕ ਹੈ ਠੀਕ ਹੈ ਅਤੇ ਫਿਰ ਤੁਸੀਂ ਹਾਂਸੀ ਕਿਵੇਂ ਪਹੁੰਚ ਗਏ ਕੁਰਸ਼ੇਤਰ ਤੋਂ? ਹਾਂਸੀ ਉਹ ਜਿਹੜੇ ਰਿਸ਼ਤੇਦਾਰ ਆ ਗਏ ਉਹ ਹਾਂਸੀ ਪਹੁੰਚ ਗਏ ਅੱਛਾ ਅਤੇ ਅਸੀਂ ਮੈਂ ਹਾਂਸੀ ਆ ਗਏ ਉਸ 'ਤੇ ਠੀਕ ਹੈ ਚਲੋ ਉੱਥੋਂ ਅਤੇ ਉਹਨਾਂ ਇੱਥੇ ਆ ਕੇ ਬੈਠਾ ਉਸੇ ਨਾ ਅਤੇ ਇੱਥੇ ਮੈਂ ਪਹਿਲਾ ਪੈਂਟਰ ਮੇਰਾ ਜਿਹੜੀ ਹਾਈ ਤੁਸਾਂ ਆਵੇ ਹਾਂ ਇਹ 48 ਦੀ ਗੱਲ ਆਈ ਕਿਉਂਕਿ 47 'ਚ ਉੱਥੇ ਨਿਕਲੇ 9 ਮਹੀਨੇ ਤੁਸੀਂ ਉੱਥੇ ਕੰਮ ਸਿੱਖਾ ਬਸ ਫਿਰ ਤੁਸੀਂ ਇੱਥੇ ਆ ਗਏ 48 49 ਇੱਥੇ ਵੀ ਮੁੜ ਆਪਣਾ ਗੰਗੂ ਹਲਵਾਈ ਦੇ ਗੰਗੂ ਹਲਵਾਈ ਦੀ ਦੁਕਾਨ ਬੈਠਾ ਰਹੇ ਉੱਥੇ ਕੰਮ ਕਹਿੰਦੇ ਨੇ ਫਿਰ ਆ ਕੇ ਆਪਣਾ ਨਹੀਂ ਗੰਗੂ ਹਲਵਾਈ ਦੀ ਦੁਕਾਨ ਦੇ ਤੁਸੀਂ ਕਿੱਥੇ ਬੈਠੇ ਰਹੇ ਸਾਹਮਣੇ ਨਾ ਉਹਦੇ ਚਬੂਤਰੇ 'ਤੇ ਚਬੂਤਰੇ 'ਤੇ ਹਾਂ ਅਤੇ ਉੱਥੇ ਉਹ ਬਣਿੰਦਾ ਜਲੇਬੀਆਂ ਜਾਂ ਹਲਵਾਈ ਆਈ ਹਲਵਾਈ ਉਸ ਟਾਈਮ ਤਾਂ ਉਹ ਹਲਵਾਈ ਵੀ ਕੋਈ ਨਾ ਆਈ ਨਾ ਬਸ ਉਹ ਮੈਂ ਛੋਟੇ ਬੋਰਡ ਰੱਖ ਲਿਆ ਹਾਂ ਬਈ ਜਿਹੜਾ ਕੰਮ ਆਪ ਜਾ ਮੈਂ ਕਰ ਦੇਵਾਂ ਅੱਛਾ ਉਸ ਤੋਂ ਬਾਅਦ ਮੈਂ ਜਿਹਨੇ ਉੱਥੇ ਕਰ ਕੀਤਾ ਫਿਰ ਮੈਂ ਉਸਤਾਦ ਛੱਡਿਆ ਕਿ ਬਈ ਦਿੱਲੀ 'ਚ ਆਪਣਾ ਪ੍ਰੈਸ ਦੇ ਨੌਕਰੀ ਲੱਗ ਗਿਆ ਅੱਛਾ ਵਰਮੇ ਨੇ ਵਰਮੇ ਅੱਛਾ ਉੱਥੇ ਜਿਹਨੇ ਆਲਟਸ ਮੈਨੇ ਤਾਂ ਮੈਨੂੰ ਉੱਥੋਂ ਛਡਵਾਇਆ ਕਿ ਬਈ ਬੇਟਾ ਤੂੰ ਇੱਥੇ ਆ ਜਾ ਵਾਹ ਛਡਵਾਇਆ ਕਿਵੇਂ ਬੰਦਾ ਆਇਆ ਚਿੱਠੀ ਆਈ ਚਿੱਠੀ ਆਈ ਹੈ ਮੇਰੇ ਅੱਛਾ ਬਈ ਤੁਸੀਂ ਇੱਥੇ ਆ ਜਾ ਅਤੇ ਪ੍ਰੈਸ ਆਈ ਪੋਸਟਰ ਬਣਾਉਣ ਦੀ ਉਹ ਮੈਨੂੰ ਠੀਕ ਹੈ ਉੱਥੇ ਮੈਂ ਇੰਡੀਆ ਆਫਿਸ ਪੋਸਟ ਆਪਣਾ ਨਵੀਂ ਦਿੱਲੀ ਵਿੱਚ ਆਈ ਉੱਥੇ ਰੋਡ 'ਤੇ ਮੈਨੂੰ ਹੁਣ ਯਾਦ ਹੈ ਉੱਥੇ ਗਏ ਉੱਥੇ ਕੰਮ ਕਰਿਆ ਨੌਕਰੀ ਲੱਗ ਗਈ ਜਦੋਂ ਕੰਮ ਕਰਦੇ ਰਹੇ ਠੀਕ ਹੈ ਹਾਂ ਅਤੇ ਉਸਤਾਦ ਜੀ ਮੇਰੇ ਉਹ ਕੰਮ ਉੱਥੇ ਆਰਟਿਸਟ ਹਨ ਆਰਟਿਸਟ ਹਨ ਉਹ ਫਿਲਮਾਂ ਦੇ ਪੋਸਟਰ ਉੱਥੇ ਹੀ ਬਣੇ ਹੁੰਦੇ ਹਨ ਵਾਹ ਉਹਦੇ ਬਾਰੇ ਅਤੇ ਉਸ ਤੋਂ ਬਾਅਦ ਮੈਂ ਉਸਤਾਦ ਮੈਂ ਕੰਮ ਕਰਨਾ ਸੀ ਜਿਹੜਾ ਓਵਰ ਟਾਈਮ ਕੰਮ ਕਰਨਾ ਸੀ ਅਤੇ ਉਸਤਾਦ ਮੇਰਾ ਨਾ ਐਵਰ ਮੇਰੇ ਨਾਲ ਕੰਮ ਕਰਦਾ ਨੇ ਅੱਛਾ ਉਹ ਫਿਰ ਉਹਨੂੰ ਕੋਈ ਗੁੱਸੇ 'ਚ ਉਹਨੂੰ ਛੋੜ ਦਿੱਤਾ ਠੀਕ ਹੈ
ਮੈਂ ਵਾਪਸ ਆਉਣਾ ਪੈ ਗਿਆ। ਹਾਂਸੀ ਆ ਗਏ, ਹਾਂਸੀ ਆਇਆ, ਉੱਥੇ ਕੰਮ ਕਰਦਾ ਰਿਹਾ। ਫਿਰ ਮੈਂ 2 ਸਾਲ ਬਿਮਾਰੀ ਰਿਹਾ ਅਤੇ ਇੱਥੇ ਫਿਰ ਤਦ ਤੱਕ ਤੁਹਾਨੂੰ ਘਰ ਮਿਲ ਗਿਆ ਜੀ ਹਾਂਸੀ? ਹਾਂਸੀ ਤਾਂ ਮਤਲਬ ਕੁਆਟਰ ਮਿਲਿਆ ਨਾ, ਪਹਿਲੇ ਸਵਾ ਰੁਪਇਆ ਕਿਰਾਇਆ ਭਰਨ ਦਿਆ ਸੀ ਆਪਣਾ ਦੌਲਤ ਕੁਆਂ, ਠੀਕ ਹੈ, ਅਤੇ ਇੱਥੋਂ ਆਪਣਾ ਹਾਂਸੀ ਉਹ 750 ਮਿਲ ਗਿਆ ਅਤੇ ਮੈਂ ਆਪਣੇ ਬਣਾਉਣ ਥੋੜ੍ਹੀ ਮਿਹਨਤ ਕੀਤੀ ਅਤੇ ਉਸ ਤੋਂ ਬਾਅਦ ਚੱਲ ਆਪਣਾ ਬਿਮਾਰੀ ਚੱਲੋ 2 ਸਾਲ ਬਿਮਾਰੀ ਕੀਤਾ। ਅਜੇ ਤਾਂ ਸਿਨੇਮੇ ਦੇ ਕੰਮ ਮੇਰੇ ਕੋਲ ਹਨ ਆਪਣਾ, ਜਿਹੜੇ ਪੋਸਟਰ ਬਣੇ ਹੁੰਦੇ ਆਵੇ, ਹਾਂ ਤੁਸੀਂ ਬਣਾਏ? ਹਾਂ ਉਹਦੇ ਕੰਮ ਕਰਨੇ ਦੇਖੇ ਨਾ ਆਪਣਾ ਬਾਰ ਟਾਕੀ ਅਤੇ ਅਰਦਾਸ ਟਾਕੀ, ਹਾਂ ਅਤੇ ਮੈਂ ਬਿਆਨੀ ਮੇਰੇ ਚੰਨੀ ਮੇਰੇ ਆਪਣਾ ਕੰਮ ਕਰੇ ਨਾਮ ਉੱਥੇ। ਅੱਛਾ, ਉਹ ਤੋਂ ਇੱਥੇ ਮੈਂ ਆਪਣਾ ਬਾਰ ਬਾਰ ਬੈਠੇ ਰਹੇ ਉਸੇ ਅਤੇ ਇਹ ਜਿਹੜੇ ਪੋਸਟਰ ਇੱਥੇ ਪੋਸਟਰ ਬਣੇ ਆਵੇ ਬਸ ਇਤਨਾ ਹੀ ਨਾ, ਹੋਰ ਲਿਖਾਈ ਕਰੇ ਜੈਸੇ ਫਿਲਮਾਂ ਦੀ ਭਈ ਇਹ ਫਿਲਮ ਆ ਬਣਾ ਲਈ ਹੈ, ਫਿਲਮਾਂ ਦੀ ਲਿਖਾਈ ਕਰੇ ਜੈਸੇ, ਰੇੜੀਆਂ ਹੁੰਦੀਆਂ ਹਨ ਪਹਿਲੇ, ਹਾਂ ਹਾਂ ਉਹ ਕਰ ਹਾਜ਼ਰ ਦੱਸੋ ਸਾਨੂੰ, ਸਾਨੂੰ ਤਾਂ ਸਮਝਣਾ ਚਾਹੀਦਾ, ਰੇੜੀਆਂ ਹੁੰਦੀਆਂ ਹਨ, ਬੋਰਡ ਹੁੰਦੇ ਹਨ, ਐਡਵਰਟਾਈਜ਼ ਹੁੰਦੀ ਹੈ। ਅੱਛਾ, ਉਸ ਉੱਤੇ ਲਿਖਣੇ ਕੀ ਆਵੇ? ਹਾਂ ਜੋ ਕਲਾ ਵਿਰਾਮ ਦੇ ਨਾਂ, ਕਲਾਕਾਰਾਂ ਦੇ ਨਾਂ, ਅੱਛਾ ਲਿਖਣੇ? ਅੱਛਾ, ਸਿਰਫ ਲਿਖਣਾ ਹੁੰਦਾ ਜੀ, ਤਸਵੀਰਾਂ ਕੋਈ ਨਾ ਬਣਾਉਣ? ਨਾ ਨਾ ਤਸਵੀਰਾਂ ਕਰੋ। ਅੱਛਾ, ਬਿਆਨ ਵਾਲੀ ਫਿਲਮ ਹੈ ਇਹ, ਇਹਦੇ ਵਿੱਚ ਕਲਾਕਾਰ ਹੈ, ਹਾਂ ਹਾਂ ਦੀਵਾਰਾਂ ਤੇ ਲਿਖ ਜਾ ਉਹ ਲਿਖ ਜਾ ਐਡਵਰਟਾਈਜ਼ ਕਰ ਦੇ, ਦੇਖੀਏ ਬਸ। ਅੱਛਾ, ਵਾਹ ਵਾਹ ਵਾਹ, ਕਮਾਲ। ਤੇ ਤੁਸੀਂ ਫਿਰ ਭਿਵਾਨੀ ਵੀ ਕੰਮ ਕੀਤਾ? ਹਾਂ ਭਿਵਾਨੀ ਕੀਤਾ ਜੀ। ਹਾਂ, ਤੇ ਉਹ ਕਿਹੜਾ ਕਿੱਸਾ ਆਈ ਕਿ ਤੁਸੀਂ ਇੱਥੋਂ ਇਹਦੇ ਵਿੰਦੇ ਆਵੇ ਜੀਂਦ ਵਾਲੇ ਪਾਸੇ? ਹਾਂ, ਉਹ ਕਿੱਸਾ ਕਿ ਬਈ ਇੱਥੇ ਕੰਮ ਨਾ ਮਿਲੇ ਤਾਂ ਉਸ ਤੋਂ ਬਾਅਦ ਮੈਂ ਮਜ਼ਦੂਰੀ ਕੀਤੀ ਸਾਈਕਲਾਂ ਦੇ, ਆਪਣਾ 2 ਸਵਾਰੀਆਂ ਅਤੇ ਅੱਗੇ ਬੰਦੇ ਬਹਾ ਕੇ ਅਤੇ ਸਾਈਕਲ 'ਤੇ ਲੈ ਜਾਣ ਜੀਂਦ। ਇਹ ਜ਼ਰਾ ਖੁਲਾਸਾ ਕਰੋ, ਇਹ ਕਿਆ ਕਿਆ ਸੌਦਾ ਆਈ? ਪਹਿਲੇ ਤਾਂ ਅੱਛਾ ਪਹਿਲਾਂ ਤੁਸੀਂ ਕੰਮ ਕਰਨ ਦੇ ਵਧਿਆ ਵੇ, ਫਿਰ ਤੁਹਾਡਾ ਕੰਮ ਠੰਡਾ ਪੈ ਗਿਆ ਜੀ? ਹਾਂ, ਹੋ ਕੰਮ ਮਜ਼ਬੂਰੀ ਕੰਮ ਹੋ ਗਿਆ, ਯਾਨੀ ਕੰਮ ਰਹਿ ਥੋੜ੍ਹੇ ਕੰਮ 'ਤੇ ਮੁੜ ਰੋਟੀ ਪੂਰੀ ਨਾ ਹੋਵੇ ਅਤੇ ਉਸ ਤੋਂ ਬਾਅਦ ਆਪਣਾ ਸਾਈਕਲਾਂ 'ਤੇ ਚੜ ਕੇ ਅਤੇ ਸਵਾਰੀਆਂ ਜੋੜ ਦਿੱਤੀਆਂ। ਅੱਛਾ, ਸਵਾਰੀਆਂ ਲੈ ਕੇ ਪੈਂਦੇ? ਹਾਂ, ਕਿੱਥੋਂ? ਇੱਥੋਂ ਬੱਸ ਅੱਡੇ ਤੋਂ? ਹਾਂਸੀ ਅੱਡੇ। ਅੱਛਾ, ਹਾਂਸੀ ਤੋਂ ਸਾਈਕਲ 'ਤੇ ਆਉਣਾ, ਸੜਕਾਂ ਕੋਈ ਨਹੀਂ ਹਨ, ਨਹਿਰ ਦੀ ਪੱਟੜੀ, ਨਹਿਰ। ਅੱਛਾ, ਤੇ ਸਾਈਕਲ ਆਪਣੇ ਕੋਲ ਹਾਈ ਹੈ ਕਿਰਾਏ ਦੀ ਲਈ ਹੋਈ ਆਈ? ਹੈ ਸਾਈਕਲ ਆਪਣੇ ਕੋਲ ਹਾਈ? ਆਪਣੇ ਕੋਲ ਹਾਈ। ਉੱਥੇ ਸਿਰਫ ਸਵਾਰੀਆਂ ਛੋੜਨ ਦਿੰਦੇ ਆ? ਹਾਂ, ਛੋੜੇ ਹੁੰਦੇ ਵਾਪਸ ਆ ਜਾਣ। ਉਹ ਕਿੰਨਾ ਦਿੰਦੇ ਹਨ ਇੱਕ ਸਵਾਰੀ ਦਾ ਉਸ ਟਾਈਮ? 8 ਨੇ ਦਾਰੇ ਇਹ ਅੱਛਾ 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 ਉਸ ਟਾਈਮ ਗੱਡੀ ਕੋਨਾ ਵੰਦੀ ਆ? ਨਾ, ਗੱਡੀ ਕੋਨਾ ਵੰਦੀ ਨਾ, ਬਸ ਸਮਝ ਨਾ ਵੰਦੀ। ਜਿਹੜੇ ਬੰਦੇ ਵੰਦੇ ਉਸ ਨੇ ਤਾਂ ਫਿਰ ਅਮੀਰ ਬੰਦੇ ਹੁੰਦੇ ਉਸ ਨੂੰ ਉਹ ਜਿਹੜੇ ਜਾਣਾ ਚਾਹੁੰਦੇ ਨੇ ਲੈ ਗਏ ਲੈ ਗਏ ਨਹਿਰ ਦੀ ਪੜੀ ਲੈ ਗਿਆ ਹੋਰ ਕਿਉਂ? ਫਿਰ ਆਉਂਦੇ ਬਾਕੀ? ਹਾਂਜੀ, ਆਉਂਦੇ ਬਾਕੀ ਰਹੀ ਕੋਈ ਆ ਗਈ ਸਵਾਰੀ ਮਿਲ ਗਈ, ਨਹੀਂ ਤਾਂ ਆਪਣੇ ਚਲਾ ਗਿਆ ਜੇ ਖਾਲੀ ਆ ਗਿਆ। ਠੀਕ ਹੈ, ਅਤੇ ਇਸ ਦਰਮਿਆਨ ਇਸੇ ਚੱਕਰਾਂ ਦੇ ਦੌਰਾਨ ਜਿੱਥੇ ਜਿਹੜੇ ਸ਼ਹਿਰ 'ਚ ਵੰਦੇ ਆਵੇ ਉੱਥੇ ਕੋਈ ਕੰਮ ਕੋਈ ਨਹੀਂ ਕੀਤਾ ਲਿਖਾਈ ਦਾ? ਨਾ, ਉਹ ਬਿਮਾਰੀ ਦਾ ਕੰਮ ਕੀਤਾ। ਹਾਂ, ਇਸ ਹਾਂਸੀ ਕੰਮ ਕੀਤਾ। ਹਾਂ, ਅਤੇ ਦਿੱਲੀ ਮੈਂ ਉੱਥੇ ਆਪਣਾ ਪ੍ਰੈਸ 'ਚ ਕੀਤਾ, ਪ੍ਰੈਸ ਹੀ ਕੀਤਾ, ਅਤੇ ਦਿੱਲੀ ਆਉਣਾ ਆਪਣਾ ਕਪੂਰ ਪੈਂਟਰ ਆਈ ਐਡਰੈਸ। ਅੱਛਾ, ਅਤੇ ਉਹ ਉੱਥੇ ਮੈਂ ਕੰਮ ਕਰਨ ਦਾ ਆਰਾਮ ਬਿੱਲੀ ਪੋਰਟ ਪਾਲਸ ਦੇ, ਯਾਨੀ ਉੱਥੇ ਟਾਈਮ ਕੰਮ ਕੀਤਾ। ਅਤੇ ਇਹ ਤੁਸੀਂ ਸ਼ੁਰੂ ਕੀਤਾ ਜੀ ਅੱਛੀ ਤਰ੍ਹਾਂ ਕੰਮ 50 'ਚ, ਇੰਜੇ ਹੋਇਆ ਨਾ? ਹਾਂ ਜੀ, ਸਮਝ। ਹਾਂ ਬਈ, ਉਹਨਾਂ 48 ਤੁਸੀਂ ਆਏ ਉੱਥੋਂ, 9 ਮਹੀਨੇ ਲਾਏ ਤਾਂ 50 'ਚ ਤੁਸੀਂ ਕੰਮ ਸ਼ੁਰੂ ਕੀਤਾ, ਅਤੇ 50 ਤੋਂ ਲੈ ਕੇ ਤੁਸੀਂ ਕਦੋਂ ਤੱਕ ਕੰਮ ਕੀਤਾ? ਕਿੰਨੇ ਸਾਲ ਹੋ ਗਏ ਤੁਹਾਡੇ ਕੰਮ? 25 ਸਾਲ ਹੋ ਗਏ। ਮਤਲਬ 50 ਤੋਂ ਲੈ ਕੇ 90 ਤੱਕ ਕੰਮ ਕੀਤਾ ਟੋਟਲ? 92 ਤੱਕ। ਵਾਹ, ਯਾਨੀ ਕਿ 40 ਸਾਲ ਦਾ ਪੀਰੀਅਡ ਹੋ ਗਿਆ ਜਿਸ ਦੇ ਵਿੱਚ ਹੁਣ ਇਸ 40 ਸਾਲ ਦੀ ਤੁਹਾਡੀ ਕਲਾਕਾਰੀ ਵਾਲੀ ਕਲਮ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕਿਹੜਾ ਕੰਮ ਕੀਤਾ ਜਿਹੜਾ ਕੰਮ ਤੁਹਾਨੂੰ ਅੱਜ ਵੀ ਆਪਣੀ ਇੱਕ ਪਹਿਚਾਣ ਦਿੰਦਾ ਕਿ ਇਸ ਵਜ੍ਹਾ ਨਾਲ ਮੈਨੂੰ ਨਾਮ ਮਿਲਾ, ਇਸ ਵਜ੍ਹਾ ਨਾਲ ਮੈਨੂੰ ਦਾਮ ਮਿਲਾ, ਜਾਂ ਅੱਜ ਵੀ ਮੈਨੂੰ ਇਸ ਵਜ੍ਹਾ ਨਾਲ ਜਾਣਾ ਪੈਂਦਾ? ਉਹ ਕਿਹੜਾ ਕੰਮ ਆਏ ਤੁਹਾਡਾ ਅੱਜ ਤੱਕ ਦਾ ਸਭ ਤੋਂ ਵੱਡਾ ਕੰਮ, ਕੋਈ ਹੈ ਯਾਦ ਉਹ ਦੱਸੋ? ਮੇਰੀ ਯਾਦ ਹੈ ਅਤੇ ਮੇਰੇ ਦਿਮਾਗ ਇਹ ਹੁੰਦਾ ਕਿ ਕੰਮ ਕੀਤਾ ਜੀ ਮੈਂ ਪੰਡਿਤ ਜਵਾਹਰ ਲਾਲ
ਆਪਣਾ ਪਾਖੜਾ ਬੰਦ ਨਾ ਇਹ ਆਪਣਾ ਕਿ ਬਿਮਾਰੀ ਦੇ ਨਾਲ ਪਾਉਂਦੀ ਦਾਦਰੀ ਹਾਂ ਉੱਥੇ ਤੁਸੀਂ ਇਸ ਤਰ੍ਹਾਂ ਦਾ ਕਿਆ ਕੀਤਾ ਪੰਡਿਤ ਜਵਾਹਰ ਲਾਲ ਆਇਆ ਹੀ ਆਪਣਾ ਮੈਂ ਉੱਥੇ ਪਹਿਲੇ ਬੋਰਡ ਬਣਾਇਆ ਅਤੇ ਮੀਲ ਫਲਾਂਗ ਲਿਖੇ ਅਤੇ ਉਸਨੇ ਉਹਨਾਂ ਕਿ ਪੱਥਰ ਭਾਈ ਬਣਾ ਬਣਾਈ ਪੰਡਿਤ ਜਵਾਹਰ ਲਾਲ ਸ਼ਿਲਾਲੇਖ ਅਤੇ ਉਹ ਪੱਥਰ ਉਹਨਾਂ ਨੂੰ ਮਿਲਿਆ ਕੋਈ ਨਾ ਅੱਛਾ ਮੈਂ ਆਖਿਆ ਪੱਥਰ ਕਰਕੇ ਵੀ ਕਰੀਏ ਮੈਂ ਆਖਿਆ ਲਾਹ ਕੋਸ਼ਿਸ਼ ਕਰੀ ਨਾ ਉਹ ਰੰਗ ਲਾ ਕੇ ਨਾ ਉਹਦੇ ਪਾਊਡਰ ਲਾ ਕੇ ਉਹ ਪੱਥਰ ਬਣ ਗਿਆ ਲੱਕੜ ਨੂੰ ਪੱਥਰ ਲੱਕੜ ਬਣ ਅੱਛਾ ਲੱਕੜ ਨੂੰ ਪੱਥਰ ਬਣਾ ਦਿੱਤਾ ਲੱਕੜ ਰੇ ਜ਼ਰਾ ਰੇਸ਼ੇ ਛਾ ਕੇ ਤੁਸੀਂ ਬਿਲਕੁਲ ਵਾਹ ਇਹ ਕਿਹੜੇ ਸਨ ਦੀ ਗੱਲ ਹੈ ਸੱਤਰ ਪੰਜਾਹ ਹੁਣ ਮੇਰੀ ਇਤਨੀ ਯਾਦ ਆ ਠੀਕ ਹੈ ਅੱਛਾ ਫਿਰ ਉਹ ਮੈਂ ਲੈ ਲਿਆ ਉਹ ਪੱਥਰ ਬਣਾ ਤਿਆਰ ਕੇ ਪੰਡਿਤ ਜਵਾਹਰ ਲਾਲ ਸਾਰਾ ਲਿਖਾਈ ਲਿਖਵੀ ਕਰਕੇ ਅਤੇ ਉਹਨੂੰ ਟਾਈਮ ਮਿਲਿਆ ਕੋਈ ਨਾ ਉਹ ਉਸ ਆਪਣਾ ਆਪਣਾ ਜਿੱਥੇ ਉਦਘਾਟਨ ਕਰਨਾ ਆਈ ਨਾ ਉੱਥੇ ਕੀਤਾ ਅਤੇ ਉੱਥੇ ਮੈਨੂੰ ਯਾਦ ਆ ਜਾਂਦਾ ਕਿ ਬਈ ਮੈਨੂੰ ਇੱਕ ਇੰਚੀ ਟਾਈਮ ਦਿੱਤਾ ਹੀ ਆਪਣਾ ਪੰਡਿਤ ਜਵਾਹਰ ਲਾਲ ਇਤਨੀ ਗੱਲ ਨਹੀਂ ਲੱਕੜ ਮਤਲਬ ਪੰਡਿਤ ਜਵਾਹਰ ਲਾਲ ਨਹਿਰੂ ਨੇ ਤੁਹਾਨੂੰ ਉਸ ਟਾਈਮ ਉਸ ਇੱਕ ਇਸ ਤਰ੍ਹਾਂ ਦੀ ਚੀਜ਼ ਦੇ ਦਿੱਤੀ ਅੱਜ ਤੱਕ ਤੁਹਾਨੂੰ ਯਾਦ ਹੈ ਵਾਹ ਵਾਹ ਉਹ ਯਾਦ ਉੱਥੇ ਮਿਲ ਗਏ ਠੀਕ ਆ ਜਾ ਉਹ ਅੱਜ ਤੱਕ ਤੁਸੀਂ ਸੰਭਾਲ ਕੇ ਰੱਖਾ ਹੋਇਆ ਸੀ ਨਾ ਨਾ ਕੋਈ ਸੰਭਾਲ ਅੱਛਾ ਸੰਭਾਲ ਨਾ ਕੋਈ ਨਹੀਂ ਇਤਨੀ ਉਮਰ ਕੁਝ ਕੁਛ ਮਾਰ ਲਈ ਨਹੀਂ ਉਹ ਵਾਜਾ ਕਿੱਥੇ ਗਿਆ ਉਹ ਵਾਜਾ ਮੈਂ ਰੋਜ਼ ਵੇਚ ਛੋੜਿਆ ਹੀ ਮਾਰਾ ਇੱਥੇ ਆਈ ਮਜਬੂਰੀ ਆ ਗਈ ਹੁਣ ਵੇਚ ਛੋੜਿਆ ਉਹ ਥੋੜ੍ਹੇ ਮਾਮੂਲੀ ਪੈਸੇ ਵੱਡੀਆਂ ਲੈ ਵੇਚ ਛੋੜਿਆ ਉਹ ਨਿਸ਼ਾਨੀ ਆਈ ਨਾ ਤੁਹਾਡੇ ਬਾਬੂ ਜੀ ਦੀ ਹਾਂ ਨਿਸ਼ਾਨੀ ਮੈਂ ਲੈ ਕੇ ਆਮ ਲੈ ਕੇ ਆਇਆ ਬਸ ਕਿ ਇਹ 40 ਸਾਲ ਦੀ ਕਲਾਕਾਰੀ ਦੀ ਜ਼ਿੰਦਗੀ ਦੇ ਦੌਰਾਨ ਤੁਹਾਡੇ ਸ਼ਾਗਿਰਦ ਕਿਤਨੇ ਬਣੇ ਹਨ ਉਹ ਦੱਸੋ ਜ਼ਰਾ ਹੁਣ ਸ਼ਾਗਿਰਦ ਮੈਨੂੰ ਇੱਕ ਪਾਲ ਪੈਂਟਰ ਅਤੇ ਇੱਕ ਅਮਰ ਹੋਇਆ ਅਤੇ ਇੱਕ ਜੀਵਨਦਾਸ ਹੋਇਆ ਇੱਕ ਸਤੀਸ਼ ਹੋਇਆ ਇੱਕ ਕ੍ਰਿਸ਼ਨ ਹੋਇਆ ਇੱਕ ਸੁਮਨ ਹੋਇਆ ਇੱਕ ਆਪਣਾ ਗੋਲਡਨ ਆਈ ਅਤੇ ਮੈਨੂੰ ਬਲਬੀਰ ਹੋ ਗਿਆ ਨੌ ਹੋ ਗਏ 10 ਸਾਲ ਤੁਸੀਂ 2 ਪੈਂਟਰ ਆਪਣੇ ਹੱਥੋਂ ਕੱਢ ਦਿੱਤੇ 2 ਚੇਲੇ ਤੇ ਅੱਜ ਸਾਰੇ ਦੇ ਸਾਰੇ ਚੇਲੇ ਤੁਹਾਨੂੰ ਮਤਲਬ ਕਮਾ ਲੇ ਮੈਂ ਆਖਿਆ ਜ਼ਿੰਦਗੀ ਦੇ ਤਾਂ ਇੱਕ ਮੇਰੀ ਕਹਾਣੀ ਬਣਦੀ ਪੂਰੀ ਫਿਲਮ ਬਣਦੀ ਹੁਣ ਮੈਨੂੰ ਇਤਨੀ ਯਾਦਦਾਸ਼ਤ ਹੈ ਨਹੀਂ ਖਤਮ ਹੋ ਜਾਂਦੀ ਵੈਸੇ ਗੱਲਾਂ ਦੇ ਮੈਂ ਬੜੇ ਸਾਰੇ ਵੀਡੀਓ ਕੀਤੇ ਹਰ ਬੰਦਾ ਇਹ ਕਹਿੰਦਾ ਕਿ ਮੈਨੂੰ ਅੱਜ ਵੀ ਯਾਦ ਹੈ ਮੈਂ ਚਲਾ ਵੈਸਾਂ ਛੋੜ ਦਿਉ ਮੈਨੂੰ ਤੁਸੀਂ ਆਪਣਾ ਦੱਸੋ ਜੇ ਆਪਾਂ ਤੁਹਾਨੂੰ ਭੇਜੂੰ ਲੱਭ ਲੈ ਸੋ ਲੱਭ ਲੈ ਸੋ ਗੱਲ ਕਹੋ ਗੁਰਦੁਆਰੇ ਲੱਭ ਸਕਦੇ ਸਾਰਾ ਕੁਝ ਫਿਰ ਅੱਜ ਇੱਕ ਵਾਰੀ 27 ਸਾਲਾਂ ਤੋਂ ਬਾਅਦ ਦੁਬਾਰਾ ਇੱਕ ਵਾਰੀ ਬ੍ਰਸ਼ ਚ ਆਓ ਤੇ ਇੱਕ ਵਾਰੀ ਆਪਣੇ ਖਾਨੇ ਵਾਲ ਦਾ ਨਾਮ ਲਿਖ ਕੇ ਵਿਖਾਓ ਉਰਦੂ ਵਿੱਚ ਤਾਂ ਕਿ ਖਾਨੇ ਵਾਲੇ ਲੋਕ ਖੁਸ਼ ਹੋ ਜਾਵੇ ਵੇਖ ਕੇ ਕਿ ਭਾਈ ਜਿਹੜਾ ਹੈ ਬਾਲ ਉੱਥੋਂ ਗਿਆ 14 ਸਾਲ ਦਾ ਖਾਣੇ ਵਾਲ ਨੂੰ ਯਾਦ ਰੱਖੀ ਉਹਦਾ ਓਕੇ ਲਿਖਾਂ ਕਿਵੇਂ ਲਓ ਜੀ ਲਓ ਇੱਕ
ਕਲਮ ਦੇ ਬਿਨਾਂ ਕੋਈ ਨਹੀਂ ਬੇਟਾ ਵੇਖਣਾ ਨਹੀਂ ਨਹੀਂ ਹਾਂ ਦੇਖਣੇ ਪੈਣੇ ਬੇਟਾ ਮੈਨੂੰ ਯਾਦ ਬਿਲਕੁਲ ਜੀ ਬਿਲਕੁਲ ਸਾਡਾ ਨੇਮ ਪਲੇਟ ਬਣਾਉਂਦੇ ਹਨ ਨਾ, ਨੇਮ ਪਲੇਟ ਇਹਨਾਂ ਪਹਿਲੇ ਤਾਂ ਰੰਗ ਕਰਨਾ, ਰੇਸ਼ੇ ਲਾਉਣੇ, ਰੇਸ਼ੇ ਲਾ ਕੇ ਤੇ ਫਿਰ ਉਹ ਸਫੇਦ ਲਿਖਾਈ ਕਰਨੀ, ਸਫੇਦ ਲਿਖਾਈ ਕਰਕੇ ਫਿਰ ਕਾਲੀਆਂ ਸ਼ੇਡਾਂ ਲਾਉਣੀਆਂ, ਕਾਲੀਆਂ ਸ਼ੇਡਾਂ ਲਾ ਕੇ ਉਹਨੂੰ ਦੁਬਾਰਾ ਫਿਰ ਡਬਲ ਕਰਨਾ। ਤੇ ਗਾਹਕ ਤਾਂ ਆਖਦਾ ਮੈਨੂੰ ਦੇਓ ਇਹ ਠੀਕ ਹੈ ਕੀ ਹੈ, ਹਲੇ ਕੋਈ ਹੋਈ ਇਹ ਡਬਲ ਕਰਨੀ ਹੈ, ਡਬਲ ਕਰਕੇ ਫਿਰ ਲੈ ਜਾ, ਇਹ ਕੰਮ ਸੀ ਦਿੱਤਾ ਹੀ ਨਹੀਂ ਮਤਲਬ। ਹਾਲਾਂਕਿ ਅਗਲਾ ਆਖਦਾ ਮੈਂ ਠੀਕ ਹੈ, ਬਣੀ ਵੀ ਠੀਕ ਪਈ, ਬਹੁਤ ਵਧੀਆ ਬਣੀ ਪਈ ਹੈ, ਅਤੇ ਲੇਕਿਨ ਨਹੀਂ ਇਹਨਾਂ ਦੀ ਆਪਣੀ ਤਸੱਲੀ ਕੋਈ ਨਹੀਂ, ਮੈਂ ਡਬਲ ਨਹੀਂ ਕੀਤੀ, ਨਹੀਂ ਦੇਣੀ, ਅਤੇ ਲੈਣਾ ਕਿਨੂੰ ਉਹ ਉਸ ਵੇਲੇ ਰੇਟ ਹੈ ਉਹ 5 ਰੁਪਏ 7 ਰੁਪਏ ਅਤੇ ਉਸ ਵੇਲੇ ਇੰਨੀ ਮਿਹਨਤ, ਬਾਕੀ ਹੋਰ ਕੋਈ ਵੀ ਨਹੀਂ ਸੀ ਕਰਦਾ, ਉਹ ਤਾਂ ਬਸ ਕੀਤਾ ਤਾਂ ਸ਼ੇਡ ਲਾਈ ਨਾ ਲਾਈ ਚਲਾ ਤੀ, ਅਤੇ ਡਬਲ ਦਾ ਮਤਲਬ ਹੀ ਕੋਈ ਨਹੀਂ ਸੀ ਹੁੰਦਾ। ਮਿਹਨਤ ਕੀਤੀ ਹੈ, ਛੋਟੇ ਮੋਟੇ ਕੰਮ ਕੀਤੇ ਹਨ, ਅਸਲ ਕਿਉਂ ਹੁਣ ਮਿਹਨਤ ਕਰਦਾ ਕੋਈ ਨਹੀਂ, ਉਸ ਵੇਲੇ ਹਾਂ ਸ਼ੇਡਾਂ ਲਾਉਣੀਆਂ, ਗਰਾਊਂਡ ਬਣਾਉਣੀ, ਕੋਈ ਆਂਤੀ ਕੋਈ ਨਾ ਵੈਸੇ ਹਿਸਾਬ ਕਿਤਾਬ, ਟਵਾਣੇ ਚੋਂ ਬਰਵਾਲਾ ਕੰਮ ਕਰਦੇ, ਹਾਂ ਕੰਮ ਕੰਮ ਬੜੇ ਕਿਤੇ ਕੰਮ ਦੇ ਕੋਈ ਆਂਤੀ ਕੰਮ ਤਾਂ ਜ਼ਿੰਦਗੀ